ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਤੁਹਾਡੀ ਸਾਰਿਆਂ ਦੀ ਕਿ ਤੁਸੀਂ ਮੈਨੂੰ ਸਮਾਂ ਦਿੱਤਾ ਹੈ, ਉਹ ਵੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ। ਕੁਝ ਗੱਲਾਂ ਜ਼ਰੂਰੀ ਨੇ ਜਿਹੜੀਆਂ ਬਤੌਰ ਡਾਕਟਰ, ਬਤੌਰ ਇੱਕ ਮਨੋਵਿਗਿਆਨਿਕ, ਮੈਂ ਚਾਹੁੰਦੀ ਹਾਂ ਕਿ ਤੁਸੀਂ ਉਹਨਾਂ ਦੇ ਪ੍ਰਤੀ ਆਪਣੀ ਸੋਚ ਅੱਜ ਮੇਰੇ ਨਾਲ ਸਾਂਝੀ ਕਰਿਓ ਅਤੇ ਦੱਸਿਓ ਕਿ ਕਿੱਥੇ ਅਸੀਂ ਗਲਤੀ ਕਰ ਰਹੇ ਹਾਂ ਅਤੇ ਕਿੱਥੇ ਸਾਨੂੰ ਮੁੜਨ ਦੀ ਲੋੜ ਹੈ। ਯਾ ਅਲੀ ਦੇ ਨਾਰਿਆਂ ਨਾਲ ਗੂੰਜਿਆ ਜਦੋਂ ਕੱਚੀ ਗੜੀ ਦਾ ਮੈਦਾਨ ਸੀ। ਯਾ ਅਲੀ ਦੇ ਨਾਰਿਆਂ ਨਾਲ ਗੂੰਜਿਆ ਜਦੋਂ ਕੱਚੀ ਗੜੀ ਦਾ ਐਲਾਨ ਸੀ। ਸਵਾ ਲੱਖ ਨਾਲ ਲੜੇਗਾ ਇੱਕੋ ਖਾਲਸਾ, ਮੇਰੇ ਗੁਰੂ ਦਾ ਫਰਮਾਨ ਸੀ। ਵੈਰੀ ਚੜਾਏ ਲੱਖਾਂ ਕੀਤਾ ਜੰਗ ਦਾ ਐਲਾਨ ਸੀ। ਚਾਲੀ ਸਿੰਘਾਂ ਅੱਗੇ ਪਾਤਸ਼ਾਹ ਫਿਰ ਚੰਡੀ ਲਹਿਰਾ ਕੇ ਬੋਲੇ ਉਹੀ ਮੇਰਾ ਸਿੱਖ ਜੋ ਲੜੇ ਸੀਸ ਗਵਾ ਕੇ। ਆਇਆ ਅਕਾਲ ਪੁਰਖ ਤੋਂ ਮੈਂ ਆਗਿਆ ਪਾ ਕੇ, ਮੈਂ ਪੰਥ ਜਿਉਂਦਾ ਰੱਖਣਾ ਪੁੱਤ ਪੇਟ ਚੜਾ ਕੇ। ਇਹ ਆਵਾਜ਼ ਸਾਨੂੰ ਸਾਰਿਆਂ ਨੂੰ ਹਲੂਣਾ ਦੇਣ ਵਾਲੀ ਸੀ। ਇੱਕ ਅਜਿਹਾ ਮੋੜ ਜੋ ਇਤਿਹਾਸ ਨੇ ਇਸ ਥਾਂ ਤੇ ਸਾਨੂੰ ਲਿਆ ਕੇ ਖੜਾ ਕਰ ਦਿੱਤਾ ਜਿੱਥੇ ਦੁਨੀਆ ਨੇ ਵੇਖਿਆ ਕਿ ਸ਼ੇਰ ਹੁੰਦੇ ਕੀ ਨੇ, ਉਹਨਾਂ ਵਿੱਚ ਬੱਬਰ ਸ਼ੇਰਨੀਆਂ ਕਿਵੇਂ ਆਉਂਦੀਆਂ ਨੇ ਤੇ ਕਿਵੇਂ ਜਦੋਂ ਇੱਕ ਵੀ ਤੁਰਦਾ ਹੈ ਤੇ ਦੁਨੀਆ ਦੇ ਤਖ਼ਤ ਤੋਂ ਤਾਜ ਉਸਦੇ ਅੱਗੇ ਝੁੱਕ ਕੇ ਸਲਾਮ ਕਿਵੇਂ ਕਰਦੇ। ਥੋੜ੍ਹਾ ਜਿਹਾ ਮੇਰੇ ਨਾਲ ਪਿਛਾਂ ਤੁਰਿਓ। ਸਮਾਂ ਉਹ ਜਦੋਂ ਗੁਰੂ ਨਾਨਕ ਦੇਵ ਜੀ ਸਨ, ਜਿਹਨਾਂ ਸਮਿਆਂ ਦੇ ਵਿੱਚ ਧਿਆਨ ਕਰਿਓ ਉਦੋਂ ਸਿੱਖ ਨਹੀਂ ਸਨ। ਗੁਰੂ ਸਾਹਿਬ ਨੇ ਆਵਾਜ਼ ਕਿਉਂ ਚੁੱਕੀ ਸੀ? ਆਵਾਜ਼ ਉਹਨਾਂ ਲਈ ਚੁੱਕੀ ਜਿਹੜੇ ਲਤਾੜੇ ਪਏ ਸਨ, ਤੱਪੇ ਪਏ ਸਨ, ਕੁਚਲੇ ਪਏ ਸਨ। ਹੁਕਮਰਾਨ ਉਹਨਾਂ ਨੂੰ ਇਸ ਤਰ੍ਹਾਂ ਵਰਤ ਰਹੇ ਸਨ ਜਿਵੇਂ ਉਹ ਕੀੜੇ ਮਕੌੜੇ, ਇਨਸਾਨ ਵੀ ਨਹੀਂ ਸੀ ਗਿਣੇ ਜਾਂਦੇ। ਉਹਨਾਂ ਵੇਖਿਆ ਕਿ ਬਹੁਤ ਸਾਰੇ ਅਜਿਹੇ ਕਰਮ ਕਾਂਡ ਸਨ ਜਿਹੜੇ ਸਗੋਂ ਇਹਨਾਂ ਨਪੀੜਿਆਂ ਲੋਕਾਂ ਨੂੰ ਹੋਰ ਨਪੀੜ ਰਹੇ ਸਨ, ਖਤਮ ਕਰ ਰਹੇ ਸਨ, ਉਹਨਾਂ ਦੀ ਹੋਂਦ ਮਿਟਾਉਣ 'ਤੇ ਤੁਲੇ ਸਨ। ਅਤੇ ਇਹੋ ਜਿਹੇ ਜੋ ਵੀ ਕੰਮ ਕਾਰ ਉਸ ਸਮੇਂ ਚੱਲ ਰਹੇ ਸਨ ਉਹਨਾਂ ਸਾਰਿਆਂ ਤੋਂ ਨਿਜਾਤ ਦਿਵਾਉਣ ਲਈ ਉਹਨਾਂ ਨੇ ਆਵਾਜ਼ ਚੁੱਕੀ। ਕਿਹਨਾਂ ਲਈ? ਸਿਰਫ ਉਹਨਾਂ ਲਈ ਜਿਨ੍ਹਾਂ ਦਾ ਕੋਈ ਨਹੀਂ ਸੀ, ਜਿਹੜਿਆਂ ਦੀ ਜ਼ਿੰਦਗੀ ਮੈਂ ਦੱਸ ਚੁੱਕੀ ਹਾਂ ਸਿਰਫ ਕੀੜੇ ਮਕੌੜਿਆਂ ਵਾਂਗ ਸੀ, ਜਿਨ੍ਹਾਂ ਦੀ ਹੋਂਦ ਇਨਸਾਨਾਂ ਵਿੱਚ ਗਿਣੀ ਨਹੀਂ ਸੀ ਜਾਂਦੀ। ਇੱਕ ਵੱਡਾ ਮੋਟਾ ਲਿਖਿਆ ਅੱਖਰ ਜਾਤ ਪਾਤ ਦਾ ਉੱਥੇ ਅਜਿਹਾ ਇੱਕ ਮੱਥੇ ਤੇ ਉੱਕਰ ਗਿਆ ਸੀ ਜਿਸਨੇ ਇਹਨਾਂ ਸਾਰਿਆਂ ਦੇ ਵਿੱਚ ਵੰਡੀਆਂ ਪਾਈਆਂ ਹੋਈਆਂ ਸੀ ਕਿ ਇੱਕ ਉਹ ਸੀ ਜਿਹੜੇ ਆਪਣੇ ਆਪ ਨੂੰ ਗਿਣਦੇ ਸਨ ਕਿ ਉਹ ਸਿੱਧਾ ਰੱਬ ਦੇ ਉੱਥੋਂ ਉਤਰੇ ਨੇ ਗੋਦ ਵਿੱਚੋਂ, ਤੇ ਦੂਜੇ ਉਹ ਜਿਨ੍ਹਾਂ ਦੇ ਮਨਾਂ ਵਿੱਚ ਇਹ ਬਿਠਾ ਦਿੱਤਾ ਗਿਆ ਸੀ ਕਿ ਤੁਸੀਂ ਪਿਛਲੇ ਜਨਮਾਂ ਦੇ ਕੋਈ ਕੁਕਰਮ ਕੀਤੇ ਨੇ, ਉਹਨਾਂ ਸਦਕਾ ਤੁਸੀਂ ਇਸੇ ਜਨਮ ਲਈ ਇਹੀ ਕੁਝ ਕਰਦਾ ਰਹਿਣਾ ਜੇ, ਤੇ ਖੌਰੇ ਕਿੰਨੇ ਹੋਰ ਜਨਮ ਤੁਸੀਂ ਸਿਰਫ ਤੇ ਸਿਰਫ ਝੁੱਕ ਕੇ ਇਸੇ ਤਰ੍ਹਾਂ ਦੀ ਜ਼ਿੰਦਗੀ, ਜ਼ਲਾਲਤ ਭਰੀ ਜ਼ਿੰਦਗੀ ਬਤੀਤ ਕਰਦੇ ਜਾਣਾ ਜੇ ਜਿੰਨੇ ਜਨਮਾਂ ਤੱਕ ਤੁਹਾਡੇ ਕੁਕਰਮਾਂ ਦਾ ਹਿਸਾਬ ਕਿਤਾਬ ਨਹੀਂ ਲੱਗ। ਇਸ ਸਭ ਨੂੰ ਤੋੜ ਕੇ ਉਹਨਾਂ ਸਮਿਆਂ ਵਿੱਚ ਇੱਕ ਅਜਿਹੀ ਬੁਲੰਦ ਆਵਾਜ਼ ਖੜੀ ਹੋਈ ਕਿ ਜੇ ਕੋਈ ਦੱਬਿਆ ਕੁਚਲਿਆ ਹੈ ਤਾਂ ਆਓ ਮੇਰੇ ਕੋਲ, ਪਰ ਸ਼ਰਤ ਇੱਕੋ ਜੇ ਕਿ ਸੀਸ ਤਲੀ ਤੇ ਧਰ ਕੇ ਆਉਣਾ ਜੇ, ਤੇ ਮੈਂ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਖੜਾ ਹੋਵਾਂਗਾ। ਹਰ ਇੱਕ ਇਹੋ ਜਿਹੀ ਔਕੜ ਹੋਵੇ, ਭਾਵੇਂ ਕਿੰਨਾ ਹੀ ਤਗੜਾ ਕੋਈ ਸ਼ਹਿਨਸ਼ਾਹ ਹੋਵੇ, ਮੈਂ ਤੁਹਾਡੇ ਲਈ ਡਟਿਆ ਖੜਾ ਵਾਂ। ਤੇ ਇਸੇ ਤਰ੍ਹਾਂ ਇੱਕ ਨਹੀਂ, ਦੋ ਨਹੀਂ, 10 ਖੜੇ ਹੋਣਗੇ ਇਹੋ ਜਿਹੇ ਮੇਰੇ ਅੱਗੋਂ ਆਉਣ ਵਾਲੇ ਜਿਹੜੇ ਇਹਨਾਂ ਲਈ ਆਵਾਜ਼ ਚੁੱਕਦੇ ਰਹਿਣ। ਪਰ ਉਹ ਆਵਾਜ਼ ਜਦੋਂ ਚੱਕੀ ਸੀ, ਤੁਸੀਂ ਹਿਸਾਬ ਲਾ ਲਓ, ਇੱਕ ਨਿਹੱਥਾ ਸੰਤ ਜੋ ਖੜੇ ਸਨ ਗੁਰੂ ਸਾਹਿਬ ਬਿਨਾਂ ਕਿਸੇ ਹਥਿਆਰ ਦੇ, ਜਿਨ੍ਹਾਂ 'ਚ ਇੰਨਾ ਜਿਗਰਾ ਸੀ ਕਿ ਉਹਨਾਂ ਸਮਿਆਂ ਵਿੱਚ ਵੀ ਰਾਜੇ ਬਾਬਰ ਨੂੰ ਜਾਬਰ ਕਹਿ ਦੇਣਾ ਇਹ ਕੋਈ ਮਾਮੂਲੀ ਗੱਲ ਨਹੀਂ ਹੁੰਦੀ। ਪਰ ਇਹ ਕੀਤਾ ਕਿਹਨਾਂ ਲਈ ਗਿਆ ਸੀ? ਸਿਰਫ ਉਹਨਾਂ ਲਈ ਜਿਨ੍ਹਾਂ ਨੂੰ ਉਹਨਾਂ ਨੇ ਇਨਸਾਨ ਹੋਣ ਦਾ ਦਰਜਾ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਜੇ ਕੋਈ ਗਰੀਬ ਹੈ, ਗਰੀਬ ਹੈ ਜਾਂ ਜਿਸ ਦੇ ਨਾਂ ਅੱਗੇ ਤੁਸੀਂ ਮਜ਼ਹਬੀ ਲਾ ਦਿੱਤਾ ਜੇ, ਉਹ ਇਨਸਾਨ ਨੇ। ਅਤੇ ਕਿੰਨੇ ਕੁ ਉੱਚ ਕੋਟੀ ਦੇ ਇਨਸਾਨ ਨੇ ਜਿਨ੍ਹਾਂ ਬਾਰੇ ਜ਼ਿਕਰ ਜੇ ਕੀਤਾ ਜਾਏ, ਤਾਂ ਗੁਰੂ ਸਾਹਿਬ ਨੇ ਇਹ ਵੀ ਕਿਹਾ ਕਿ ਜੇ ਮੇਰਾ ਵਿਆਹ ਹੋਣਾ ਜੇ, ਸ਼ਰਤ ਇਹੋ ਜੇ ਕਿ ਉਸ ਵਿਆਹ ਦੇ ਵਿੱਚ ਜਾਤ ਪਾਤ ਦੇ ਆਧਾਰ ਉੱਤੇ ਇੱਕ ਵੀ ਵਿਤਕਰਾ ਨਹੀਂ ਜੇ ਹੋਣਾ,
मैं व्याह जे करना जे मेरे व्याह दे उत्ते हाजर होणगे कोई भी हर जात दे हर पात दे हर पद्धर दे लोग जिन्हां नूं मैं इंसान दवाउणा दा दर्जा दवाउणा चाहुंदा। उन्हां समयां विच औरत नूं बोलण दी इजाजत नहीं सी। मां सुलखणी दी जे मैं गल करां तां 13 वरे दी उम्र हुंदी की है। 13 वरियां दी ओह बालड़ी जिसनों ये उस वेले पता लग गया सी कि जिस नाल मेरा विआह होना जे वह क्रांतिकारी है, इस दुनिया विच जिन्ने विचर रहे ने उन्हां तों वख है, पर वह सोच समाज की भलाई वाली है। तो 13 वरियां दी बालड़ी उन्हां समयां विच जदों कि औरत नूं परदे पिछे रखिया जांदा सी, पैर की जुत्ती तो तां उहदी औकात नहीं सी, उन्हां समयां विच वह अपने पिता ते माता नूं मनाउण विच बखूबी सफल होई कि मैं जे विआह करवाउणा है तां इसे नाल करवाउणा है, क्योंकि इहदे विच कुछ वख है जिहड़ा इंसानियत नूं जन्म देवेगा ते मैं जरूर इसे थां विआह करवाउणा है। जरा सोच के वेखिओ उहनां समयां विच जिथे मैं वार वार कह रही हाँ कि 13 वरियां दी बालड़ी नूं इंसान होण दा हक भी नहीं सी। ਇਹ ਹੱਕ ਨਹੀਂ ਕਿ ਵਿਆਹ ਤੋਂ ਪਹਿਲਾਂ ਕਿਸੇ ਨੂੰ ਵੇਖ ਸਕੇ, ਆਪਣੀ ਮਰਜ਼ੀ ਕਰ ਸਕੇ, ਪਰ ਫਿਰ ਵੀ ਉਹਨੇ ਇਹ ਜਿਗਰਾ ਵਿਖਾ ਲਿਆ, ਮਨਾ ਲਿਆ ਕਿ ਮੈਂ ਇਸੇ ਦੇ ਨਾਲ ਵਿਆਹ ਕਰਵਾਉਣਾ ਹੈ। ਯਾਨੀ ਉਹ ਇੱਕ ਬਗਾਵਤ ਦੀ ਸੁਰ ਉਹਨਾਂ ਸਮਿਆਂ ਵਿੱਚ ਇੱਕ ਬੱਚੀ ਵਿੱਚ ਜੇ ਆ ਸਕਦੀ ਸੀ, ਜਿਹਦੇ ਮਨ ਵਿੱਚ ਇਹ ਸੀ ਕਿ ਵਾਕਈ ਜੇ ਇਨਸਾਨ ਕੋਈ ਹੈ ਤਾਂ ਉਹਦੇ ਵਿੱਚ ਵਿਤਕਰਾ ਹੋਣਾ ਕਿਸੇ ਵੀ ਹਾਲ ਵਿੱਚ ਜਾਇਜ਼ ਨਹੀਂ ਹੈ। ਪਰ ਅੱਜ ਅਸੀਂ ਜਿੱਥੇ ਖੜ੍ਹੇ ਹਾਂ, ਅਫਸੋਸ ਕਿ ਜਿੱਥੋਂ ਸਾਨੂੰ ਚੁੱਕ ਕੇ ਬਿਠਾਇਆ ਗਿਆ ਸੀ ਵਾਪਸ ਅਸੀਂ ਉਸੇ ਹਾਲ ਵਿੱਚ ਪਹੁੰਚ ਚੁੱਕੇ ਹਾਂ। ਜੇ ਨਹੀਂ ਤਾਂ ਜਿੰਨੇ ਵੀ ਦੁਨੀਆ ਭਰ ਵਿੱਚ ਇਤਿਹਾਸ ਕਿਤੇ ਵੀ ਸਿਰਜਿਆ ਗਿਆ ਹੈ, ਭਾਵੇਂ ਉਹ ਕੌਮਾਂ ਦੇ ਹੋਏ ਜਾਂ ਜਿਨ੍ਹਾਂ ਵੀ ਥਾਵਾਂ 'ਤੇ, ਭਾਵੇਂ ਮੁਲਕ ਵਾਸਤੇ ਜਾਨ ਵਾਰਨੀ ਗਈ ਹੋਵੇ, ਵਾਰੀ ਗਈ ਹੋਵੇ, ਧਿਆਨ ਕਰਿਓ, ਕ੍ਰਾਂਤੀਕਾਰੀ ਜਿੰਨੇ ਹੋਏ ਨੇ ਰੱਜੇ ਪੁੱਜੇ ਪੇਟਾਂ ਵਾਲੇ ਹੋਏ ਨਹੀਂ। ਕ੍ਰਾਂਤੀ ਹੁੰਦੀ ਜੇ ਭੁੱਖੇ ਢਿੱਡ ਦੇ ਨਾਲ, ਆਪਣੇ ਹੱਕਾਂ ਲਈ ਲੜਾਈ, ਕੋਈ ਗੋਦ ਦੇ ਵਿੱਚ ਖੋ ਕੇ ਨਹੀਂ ਜੇ ਤੁਹਾਡੇ ਪਾ ਦਿੰਦਾ, ਲੈਣ ਲਈ ਜਾਨਾਂ ਵਾਰਨੀਆਂ ਪੈਂਦੀਆਂ ਨੇ। ਇਹੋ ਕੁਝ ਸਮਝਾਇਆ ਗਿਆ ਸੀ ਕਿ ਇਹ ਰਸਤਾ ਕਠਿਨ ਜ਼ਰੂਰ ਹੈ, ਪਰ ਇਹ ਰਸਤਾ ਅਗਾਂਹ ਜਿੱਥੇ ਲਿਜਾਏਗਾ ਉੱਥੇ ਸਿਰਫ ਸੂਰਮੇ ਪੈਦਾ ਹੋਣਗੇ, ਸਿਰਫ ਸ਼ੇਰ ਆਉਣਗੇ, ਉਹ ਵੀ ਇੱਕ ਇੱਕ ਸ਼ੇਰ ਜਿਹੜਾ 125,000 ਦੇ ਬਰਾਬਰ ਦਾ ਹੋਏਗਾ। ਪਰ ਉਹਦੇ ਲਈ ਤੁਹਾਡੇ ਮਨਾਂ ਦੇ ਅੰਦਰ ਇੱਕ ਇਨਸਾਨ ਹੋਣਾ ਅਤੇ ਇਨਸਾਨ ਪ੍ਰਤੀ ਪ੍ਰੇਮ ਹੋਣਾ ਇਹ ਜ਼ਰੂਰੀ ਜੇ, ਅਤੇ ਇੱਕ ਅਜਿਹੀ ਕੌਮ ਜਿਹਦੇ ਵਿੱਚ ਔਰਤ ਨੂੰ ਦਰਜਾ ਬਰਾਬਰ ਦਾ ਦਿੱਤਾ ਜਾਏਗਾ, ਜਿੱਥੇ ਔਰਤ ਰਾਜਿਆਂ ਮਹਾਰਾਜਿਆਂ ਦੀ ਜਨਮਦਾਤੀ ਕਹਾਈ ਜਾਏਗੀ। ਇਹ ਸੀ ਧੁਰਾ ਜਿੱਥੋਂ ਅਸੀਂ ਸ਼ੁਰੂ ਹੋਏ ਸਾਂ। ਇਹ ਧੁਰਾ ਕਿਤੇ ਵੀ ਖਤਮ ਨਹੀਂ ਸੀ ਹੋਇਆ। ਇਹਦੇ ਅੱਗੋਂ ਕੀ ਤੁਰਿਆ ਕਿ ਅਜਿਹਾ ਮੌਕਾ ਜਿੱਥੇ ਇੱਕ ਗੁਰੂ ਦਾ ਸੀਸ ਤੱਕ ਕੱਟ ਦਿੱਤਾ ਗਿਆ ਹੋਵੇ, ਇਹੋ ਜਿਹੀ ਸ਼ਹਾਦਤ ਦੁਨੀਆ ਭਰ ਦੇ ਕਿਸੇ ਵੀ ਕੋਨੇ ਵਿੱਚ, ਕਿੰਨੀ ਵੀ ਪਿਛਾਂ ਆ ਜਾ ਤੁਰ ਜਾਓ, ਤੁਹਾਨੂੰ ਕੋਈ ਇਹੋ ਜਿਹਾ ਥਾਂ ਨਹੀਂ ਮਿਲਣਾ ਜਿੱਥੇ ਕਿਸੇ ਗੁਰੂ ਨੇ ਕਿਸੇ ਹੋਰ ਧਰਮ ਵਾਸਤੇ ਸੀਸ ਵਾਰ ਦਿੱਤਾ ਹੋਵੇ। ਇਹ ਮਿਸਾਲ ਦੁਨੀਆ ਭਰ ਵਿੱਚ ਵਿਲੱਖਣ ਹੈ। ਇਹੋ ਜਿਹੀ ਗੱਲ ਨਾ ਕਿਸੇ ਸੁਣੀ ਨਾ ਕਿਸੇ ਵੇਖੀ, ਪਰ ਅਜਿਹਾ ਕਮਾਲ ਵਾਪਰਿਆ ਸਿਰਫ ਇਸੇ ਧਰਮ ਵਿੱਚ, ਉਹ ਵੀ ਕਿਹਨਾਂ ਲਈ? ਧਿਆਨ ਕਰਿਓ, 33 ਕਰੋੜ ਦੇਵੀ ਦੇਵਤੇ ਇਸ ਦੁਨੀਆਂ 'ਤੇ ਅਸੀਂ ਮੰਨਦੇ ਹਾਂ ਵਿਚਰਦੇ ਨੇ। ਕਸ਼ਮੀਰੀ ਪੰਡਿਤ ਜਦੋਂ ਤੁਰੇ ਸਨ ਉਹਨਾਂ ਕੋਲੋਂ 33 ਕਰੋੜ ਦੇਵੀ ਦੇਵਤੇ ਸਨ, ਸਾਰਾ ਕੁਝ ਕਰ ਰਹੇ ਸਨ, ਉਹੀ ਕੁਝ ਜੋ ਉਹਨਾਂ ਦੇ ਧਰਮ ਗ੍ਰੰਥਾਂ ਵਿੱਚ ਲਿਖਿਆ, ਵਰਤ ਵੀ ਰੱਖ ਰਹੇ ਸਨ, ਨਾਮ ਵੀ ਜਪ ਰਹੇ ਸਨ, ਸਭ ਕੁਝ ਉਹੀ ਕਰ ਰਹੇ ਸਨ ਜੋ ਉੱਥੇ ਦਰਸਾਇਆ ਗਿਆ ਸੀ। ਪਰ ਫਿਰ ਵੀ ਉਹਨਾਂ ਨੂੰ ਲੋੜ ਕਿਉਂ ਪਈ? ਕਿਉਂਕਿ ਇਹ ਧਰਮ, ਮੁਆਫ਼ ਕਰਿਓ, ਹੈ ਹੀ ਨਹੀਂ ਸੀ। ਇਹ ਧਰਮ ਕਿੱਥੇ ਜੇ? ਜਿਉਣ ਦੀ ਜਾਚ ਹੈ, ਸਿੱਖੀ ਇੱਕ ਸੋਚ ਹੈ, ਇੱਕ ਅਜਿਹੀ ਮੁਕੱਦਸ ਸੋਚ ਜਿਹਦੇ ਵਿੱਚ ਇਨਸਾਨ ਨੂੰ ਇਨਸਾਨ ਗਿਣਿਆ ਜਾਂਦਾ ਜੇ, ਜਿਸ ਵਿੱਚ ਵਿਤਕਰੇ ਨਾ ਧਰਮ ਦੇ ਆਧਾਰ ਉੱਤੇ ਨੇ, ਨਾ ਜਾਤ ਪਾਤ ਦੇ ਆਧਾਰ ਉੱਤੇ ਨੇ, ਸਿਰਫ ਇੱਕ ਪਿਆਰ ਅਤੇ ਇੱਕ ਇਹੋ ਜਿਹੀ ਸੋਚ, ਜਿੱਥੇ ਜ਼ੁਲਮ ਹੋ ਰਿਹਾ ਹੋਏ ਉੱਥੇ ਆਵਾਜ਼ ਚੁੱਕਣੀ ਹੈ, ਅਤੇ ਉਹ ਆਵਾਜ਼ ਅਜਿਹੀ ਦਮਦਾਰ ਹੋਣੀ ਚਾਹੀਦੀ ਹੈ ਜਿੱਥੇ ਇੱਕ ਦੂਜੇ ਦੀਆਂ ਬਾਹਾਂ ਬਣ ਕੇ ਸਾਨੂੰ ਕਿਸੇ ਕੋਲੋਂ ਹੱਥ ਅੱਡਣ ਦੀ ਲੋੜ ਨਾ ਪਵੇ, ਅਸੀਂ ਅਜਿਹੇ ਸਮਰੱਥ ਹਾਂ ਜਿਹਦੇ ਵਿੱਚ ਇਕੱਲਾ ਵੀ
ਸਿਰ ਧੜ ਦੀ ਬਾਜ਼ੀ ਲਾਏਗਾ ਅੱਜ ਨਹੀਂ ਸਦੀਆਂ ਬਾਅਦ ਵੀ ਸਿਰਫ ਮਨਾਂ ਵਿੱਚ ਹੋਏ ਜੇ ਸਿੱਖੀ ਸੋਚ ਤਾਂ ਉਹ ਹਮੇਸ਼ਾ ਅਵਲ ਰਹਿਣ ਵਾਲਾ ਜੇ ਉਹਦਾ ਚੰਡਾ ਹਮੇਸ਼ਾ ਬੁਲੰਦ ਰਹਿਣ ਵਾਲਾ ਜੇ ਉਹਦੇ ਮਗਰ ਤੁਰਨ ਵਾਲੇ ਹਮੇਸ਼ਾ ਜਿਉਂਦੇ ਵਸਦੇ ਰਹਿਣਗੇ ਕਿਉਂਕਿ ਇਹੋ ਜਿਹੀ ਸੋਚ ਕਦੇ ਮਰ ਨਹੀਂ ਸਕਦੀ ਜਿਸ ਦਿਨ ਸਿੱਖੀ ਸੋਚ ਖਤਮ ਹੋ ਗਈ ਇਹ ਦੁਨੀਆ ਖਤਮ ਹੋ ਜਾਣੀ ਜੇ ਅੱਜ ਵੀ ਖੜੀਏ ਤਾਂ ਇਹ ਸੋਚ ਦੇ ਉੱਤੇ ਖੜੀਏ ਵੇਖੋ ਦੁਨੀਆ ਭਰ ਵਿੱਚ ਕਿਸੇ ਵੀ ਥਾਂ 'ਤੇ ਜਾ ਕੇ ਵੇਖੋ ਜੇ ਜ਼ੁਲਮ ਹੋ ਰਿਹਾ ਜੇ ਤਾਂ ਕੌਣ ਅਗਾਂਹ ਤੁਰਦਾ ਜੇ ਵੇਖਿਓ ਉੱਥੇ ਵੀ ਸਿੱਖੀ ਸੋਚ ਹੀ ਹੈ ਸਿੱਖ ਖੜੇ ਨੇ ਜਿਹੜੇ ਖੋਲ੍ਹ ਦਿੰਦੇ ਨੇ ਗੁਰਦੁਆਰਿਆਂ ਦੇ ਦਰਵਾਜ਼ੇ ਕਿ ਜੇ ਜਾਪਾਨ ਵਿੱਚ ਕਿਤੇ ਕੋਈ ਕੁਦਰਤੀ ਇਸ ਵੇਲੇ ਕਹਿਰ ਹੋਇਆ ਜੇ ਜਾਂ ਕਿਸੇ ਵੀ ਦੁਨੀਆ ਦੇ ਕੋਨੇ ਵਿੱਚ ਕਿਤੇ ਵੀ ਕੁਝ ਵੀ ਮਾੜਾ ਵਾਪਰਿਆ ਹੋਏ ਨਾ ਲੰਗਰ ਥੁੜਿਆ ਜੇ ਨਾ ਰਹਿਣ ਦੀ ਥਾਂ ਥੁੜੀਏ ਨਾ ਗਰਮ ਕੰਬਲ ਰਜਾਈਆਂ ਥੁੜੀਆਂ ਨੇ ਕਿਉਂਕਿ ਸਿੱਖੀ ਸੋਚ ਕਦੇ ਵੀ ਖਤਮ ਨਹੀਂ ਹੋ ਸਕਦੀ ਇਹ ਸੋਚ ਖੜੀ ਕਿਸ 'ਤੇ ਸੀ ਸਰਬੰਸ ਵਾਰਨ ਵਾਲੇ ਨੇ ਦਿਖਾਇਆ ਕਿ ਸਿਰਫ ਮੈਂ ਨਹੀਂ ਮੇਰੇ ਅੱਗੇ ਆਉਣ ਵਾਲੀਆਂ ਪੁਸ਼ਤਾਂ ਵੀ ਵਾਰੀਆਂ ਜਾਣਗੀਆਂ ਅਤੇ ਇਹ ਧਰਤੀ ਅਜਿਹੀ ਹੈ ਜਿਹੜੀ ਸਿਰਫ ਅਤੇ ਸਿਰਫ ਲਹੂ ਨਾਲ ਸਿੰਜੀ ਜਾਂਦੀ ਜੇ ਪਾਣੀ ਨਹੀਂ ਦਿੱਤਾ ਜਾਂਦਾ ਇੱਥੇ ਸਿਰ ਦਿੱਤੇ ਜਾਂਦੇ ਨੇ ਪਰ ਸਰਦਾਰੀਆਂ ਹਮੇਸ਼ਾ ਉੱਥੇ ਸਲਾਮਤ ਰੱਖੀਆਂ ਜਾਂਦੀਆਂ ਇਹ ਹੁੰਦੀ ਜੇ ਸਿੱਖੀ ਸੋਚ ਜਿਹਦੇ ਵਿੱਚ ਜਾਤ ਪਾਤ ਦਾ ਵਿਤਕਰਾ ਕਦੇ ਨਾ ਆਇਆ ਸੀ ਨਾ ਆਉਣਾ ਚਾਹੀਦਾ ਜਦੋਂ ਆਵਾਜ਼ ਚੁੱਕੀ ਗਈ ਸੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਉਹਨਾਂ ਸਮਿਆਂ ਵਿੱਚ ਵੇਖਿਓ ਇੱਕ ਬੁਲੰਦ ਆਵਾਜ਼ ਆਖਰ ਚੁੱਕਣ ਦੀ ਲੋੜ ਕਿਉਂ ਪਈ ਸੀ ਸਾਰੇ ਜਣੇ ਉਸੇ ਤਰ੍ਹਾਂ ਹੀ ਸਭ ਆਪਣਾ ਖਾਣਾ ਕਮਾਈ ਸਭ ਕੁਛ ਕਰਦੇ ਸਨ ਕੀ ਲੋੜ ਪੈ ਗਈ ਸੀ ਖਾਲਸਾ ਸਾਜਣ ਦੀ ਕਿਉਂ ਉਸ ਸਮੇਂ ਇਹੋ ਜਿਹੀ ਇੱਕ ਵੱਖਰੀ ਕੌਮ ਨੂੰ ਸਾਜਣ ਦਾ ਸਮਾਂ ਆ ਗਿਆ ਸੀ ਜਿੱਥੇ ਉਹਨਾਂ ਕਿਹਾ ਕਿ ਬਹੁਤ ਸਰਬੰਸ ਵਾਰ ਲਏ ਸਭ ਕੁਛ ਅਸੀਂ ਕਰ ਚੁੱਕੇ ਹਾਂ ਪਰ ਇੱਥੇ ਹਲੂਣਾ ਦੇਣ ਲਈ ਅੱਜ ਹੱਥ ਵਿੱਚ ਹਥਿਆਰ ਜ਼ਰੂਰੀ ਹੈ ਕਿਉਂਕਿ ਅਸੀਂ ਜਿਨ੍ਹਾਂ ਦੇ ਲਈ ਮਰ ਰਹੇ ਹਾਂ ਉਹਨਾਂ ਨੇ ਸਾਨੂੰ ਕਤਲ ਕਰਨਾ ਸਾਨੂੰ ਇਸ ਵੇਲੇ ਸ਼ਹੀਦ ਕਰਨਾ ਇਹ ਤਾਂ ਸਿੱਖ ਲਿਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਕਿ ਇਸ ਕੌਮ ਦਾ ਦ੍ਰਿੜ ਇਰਾਦਾ ਕਿਹੋ ਜਿਹਾ ਹੈ ਇਸ ਕੌਮ ਵਿਚਲਾ ਫੌਲਾਦ ਕਿਹੋ ਜਿਹਾ ਹੈ ਇਹ ਵੀ ਵਿਖਾਈਏ ਕਿ ਇਹ ਕੀ ਕੁਝ ਕਮਾਲ ਕਰ ਸਕਦਾ ਜੀ ਹਥਿਆਰ ਫੜਾਇਆ ਗਿਆ ਸੀ ਕਿ ਜਿੱਥੇ ਕਿਤੇ ਜ਼ੁਲਮ ਹੋ ਰਿਹਾ ਹੋਏ ਤਾਂ ਉੱਥੇ ਖਾਲਸਾ ਜ਼ਰੂਰ ਪਹੁੰਚਣਾ ਚਾਹੀਦਾ ਪਰ ਅਸੀਂ ਇਹ ਸੋਚ ਕਿਤੇ ਪਿਛਲੇ ਖਾਨੇ ਵਿੱਚ ਰੱਖ ਦਿੱਤੀ ਭੁਲਾ ਦਿੱਤਾ ਕਿ ਅਸੀਂ ਕਿਸ ਥਾਂ ਤੋਂ ਸ਼ੁਰੂ ਹੋਏ ਸਾਂ ਅਤੇ ਅੱਜ ਪੂਰੇ ਦੇ ਪੂਰੇ ਹਿੰਦੁਸਤਾਨ ਵਿੱਚ ਇੱਕ ਮਜ਼ਾਕ ਬਣਾ ਕੇ ਰੱਖ ਦਿੱਤਾ ਕਿ ਸਿੱਖ ਇਹਨਾਂ ਦੇ ਸਰਦਾਰਾਂ ਦੇ 12 ਵੱਜ ਰਹੇ ਕਿਹਦੇ ਵਿੱਚ ਹਿੰਮਤ ਹੈ ਜਿਹੜਾ ਖੜਾ ਹੋਏ ਅਤੇ ਆਵਾਜ਼ ਇਸ ਨੂੰ ਬੁਲੰਦ ਆਵਾਜ਼ ਦੇ ਨਾਲ ਵਾਪਸ ਕੱਟ ਸਕੇ ਕਿ 12 ਵਜਾਉਣ ਵਾਲਿਓ ਜ਼ਰਾ ਸੁਣੋ ਉਦੋਂ ਹੋਇਆ ਕੀ ਸੀ ਚੁੱਕੀਆਂ ਕੌਣ ਗਈਆਂ ਸਨ ਉਦੋਂ ਹਿੰਦੂ ਟੱਬਰ ਦੀਆਂ 2 ਧੀਆਂ ਮੈਂ ਕਿਤੇ ਹਿੰਦੂ ਸਿੱਖ ਦਾ ਵਿਤਕਰਾ ਕਰਨ ਨਹੀਂ ਆਈ ਸਿਰਫ ਦੱਸਣਾ ਚਾਹੁੰਦੀ ਹਾਂ ਉਸ ਆਵਾਜ਼ ਨੂੰ ਇੱਕ ਕਾਟ ਦੇਣਾ ਚਾਹੁੰਦੀ ਹਾਂ ਜਿਹੜੀ ਮਜ਼ਾਕ ਬਣਾ ਰਹੀ ਹੋਵੇ ਦਸਤਾਰ ਧਾਰੀਆਂ ਦੀ ਕਿ ਇਹਨਾਂ ਦੇ 12 ਵੱਜਣ ਵਾਲੇ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ 12 ਜੇ ਨਾ ਵੱਜਦੇ ਤਾਂ ਅੱਜ ਇਸ ਥਾਂ 'ਤੇ ਮੁਗਲਾਂ ਦਾ ਰਾਜ ਹੋਣਾ ਸੀ ਇਸ ਥਾਂ 'ਤੇ ਕੋਈ ਧੀ ਪਵਿੱਤਰ ਨਹੀਂ ਸੀ ਹੋਣੀ ਕੋਈ ਮਾਂ ਪਵਿੱਤਰ ਨਹੀਂ ਸੀ ਹੋਣੀ ਇੱਥੇ ਔਰਤ ਦਾ ਨਾਮੋ ਨਿਸ਼ਾਨ ਮਿਟ ਜਾਣਾ ਸੀ ਜੇ 12 ਨਾ ਵੱਜੇ ਹੁੰਦੇ ਉਹ ਚੁੱਕੀਆਂ ਹੋਈਆਂ ਧੀਆਂ ਨੂੰ ਵਾਪਸ ਲਿਆਉਣ ਲਈ ਹੱਲਾ ਬੋਲਿਆ ਸੀ ਜੱਸਾ ਸਿੰਘ ਜੀ ਨੇ ਇਹ ਕਹਿ ਕੇ ਕਿ ਰਾਤ ਦੇ 12 ਵਜੇ ਨੇ ਚਲੋ ਜਿਹੜੇ ਹਰਮਾਂ ਵਿੱਚ ਬੈਠੇ ਨੇ ਜਸ਼ਨ ਮਨਾਉਂਦੇ ਉਹਨਾਂ ਦੀਆਂ ਗਰਦਨਾਂ ਵੱਢਣ ਦਾ ਸਮਾਂ ਆ ਗਿਆ ਉਦੋਂ ਉੱਠਦੀ ਸੀ ਟੋਲੀ ਉਹਨਾਂ ਸਿੰਘਾਂ ਦੀ ਜਿਹੜੇ ਜਾ ਕੇ ਆਪ ਆਪਣਾ ਸਿਰ ਕਟਾ ਆਉਂਦੇ ਸਨ ਦੁਸ਼ਮਣ ਖਤਮ ਕਰ ਲਿਆਉਂਦੇ ਸਨ ਦੂਜਿਆਂ ਦੀਆਂ ਚੁੱਕੀਆਂ ਧੀਆਂ ਭੈਣਾਂ ਵਾਪਸ ਲਿਆਉਂਦੇ ਸਨ ਪਰ ਕਾਰਨ ਇਹੋ ਸੀ ਕਿ ਅਸੀਂ ਵਿਖਾਉਣਾ ਜੇ ਆਉਣ ਵਾਲੀ ਜਿੰਨੀ ਵੀ ਪੁਸ਼ਤ ਹੋਏਗੀ ਕਿ ਇਸ ਧਰਮ ਦੇ ਵਿੱਚ ਸਿਰਫ ਸਿੱਖੀ ਸੋਚ ਦੇ ਨਾਲ ਕੀ ਕਮਾਲ ਵਾਪਰਦਾ ਜੇ ਕਿ 12 ਵਜੇ ਦੇ ਨਾਂ ਨੂੰ ਮੁਗਲ ਆਪਣੀਆਂ ਜਿਹੜੀਆਂ ਔਰਤਾਂ ਸਨ ਮੁਗਲ ਔਰਤਾਂ ਆਪਣੇ ਬੱਚਿਆਂ ਨੂੰ ਡਰਾ ਕੇ ਸੁਆਇਆ ਕਰਦੀਆਂ ਸਨ ਕਿ 12 ਵਜ ਚੱਲੇ ਨੇ ਦਬੁਕ ਜਾਓ ਜੇ ਕਿਤੇ ਕੋਈ ਸਿੰਘ ਆ ਗਿਆ ਤੁਸੀਂ ਬਚਣਾ ਨਹੀਂ ਜੇ ਅਤੇ ਇਹ ਦਿਖਾਇਆ ਸੀ ਇੱਕ ਫੌਲਾਦ ਫਿਰ ਜੋ ਖੜਾ ਹੋਇਆ ਸੀ ਹਰੀ ਸਿੰਘ ਨਲੂਆ ਜਿਸਨੇ ਦੱਸਿਆ ਸੀ ਕਿ ਇੱਥੇ ਜੇ ਇੱਕ ਵੀ ਜਾਂਬਾਜ਼ ਖੜਾ ਹੋ ਜਾਂਦਾ ਜੇ ਤਾਂ ਅਫਗਾਨਿਸਤਾਨ ਤੱਕ ਦੇ ਉਹਨਾਂ ਦੇ ਲਹੂ ਦੇ ਵਿੱਚ ਝੰਜੋੜ ਪੈ ਜਾਂਦੀ ਜੇ ਉਹ ਖੜੇ ਨਹੀਂ ਹੋ ਸਕਦੇ ਕਿਉਂਕਿ ਉਹਨਾਂ ਦੇ ਮਨਾਂ ਵਿੱਚ ਡਰ ਪੈ ਜਾਂਦਾ ਜੇ
कि एक सिंह पहुंचा जे ते ए सिंह इहदा मतलब जे कि लोकां नूं बचाउण वाला जे जानवार देण वाला जे इहदी छां हेठ जे खड़े हाँ तां ही सुरक्षित हाँ नहीं तां असीं किते साडा वजूद ही खत्म ना हो जाए। जिथों तक जात पात की गल मैं फिर छोड़ी सी मैं वापस ले आवां कि गल चल रही सी साडे अपने भाई जैता जी दी सिख कौम उन्हां दी रणी है। जरा सोच के वेखियो कि उस समय की ऐलान किया गया सी कि जेडे भी गुरु की शहीदी हुई है ये तो हानि पर जिन्हां दे करके शहीद होए ने उन्हां लई भी यानी समूह हिंदुस्तान की जनता नूं एक सुनेहा दिता जाए कि इत्थे जेडे भी शहीद किए गए ने जो कि उस वेले कश्मीरी पंडित सन कि ना तो उन्होंने राखी लई कोई है तो जे उन्हां लई खड़ा होया है कोई तो किस तरीके असी उन्हां दा सीस इस वेले भी कट दिता जे तो इस तरह असी ये शरीर भी तो सीस भी रोलन लई छड़ देना। किन्ना क भारी उस समय जे जो ये होया उन समय नूं जे सोच के वेख्यो कि अज दे दिन जिवें असी फखर नाल सिर उच्चा करी बैठे हाँ शायद कर नहीं सी सकना कि जो उस समय विच भाई जैता जी ने किया सिख कौम उन्हां दी रिणी जे जिगरा चाहीदा जे फौलाद दा ते जिवें दस्या जांदा जे कि ना सिर्फ ओ लड़ाई दे विच माहर सन ना सिर्फ तैरन विच नेजा चलाउण विच बल्कि कमाल ये है कि ओ कवि भी बेहतरीन सन। किन्ना कमाल दा सुमेल है कि एक पासे लड़ाई दा जौहर दिखाउण वाला ते दूजे पासे सूखम कवि होना एक मिसाल अपने आप विच वाखे। पर जिसनू पता होवे कि मैं जो काम करना जे उहदे बाद मैं बख्शिया नहीं जाना मेरी शायद होंद भी नहीं बचनी मेरा तो टब्बर टार सब खत्म हो जाना जे फिर भी मन विच किन्नी लगन होनी है कि गुरु दे लई जिस दिन किसी होर लई आपा वारिया है मैं उस गुरु लई अपना आप कुरबान कर देना है। असी बहुत सारे जने बैठे हाँ आपो अपने दिल ते हथ रख के गुरु साहब की हजूरी दे विच कदे कोई ये कह के वेखे कि मैं भी अज उस तरह की सोच रखदा ते मैनू भी जे इस तरह का मौका आ जाए मैं अपना घर बार त्याग के सब कुछ खत्म करके मैं भी गुरु वास्ते जान वार सकदा। मैं अफसोस नाल कहनी हाँ कि एक फीसदी भी लोग नहीं होने उन्हां समयां विच तां शायद पंज जने खड़े हो गए सन पर अज असी आपो अपने घरां विच आपो अपने टब्बरां विच अपनी कमाई विच सिर्फ अपने तक सीमित हो गए हाँ। जिथे वेखो मैं हाँ मेरा टब्बर मेरा कारोबार मेरा हक सब जानते हैं पर असी ये भुल गए हाँ कि साडा फर्ज की है। जे कुदरत ने सानू मौका दिता है इस धर्म विच पैदा होण दा तां कोई कारण है तो वह कारण की है कि जे होर लोग सोचते हैं इस धर्म विच कुछ सोच अजिही है जिहड़ी मनुखता दे भले लई है तां असी इस धर्म वल वह आकर्षित होंदे ने तुरदे ने पर असी सब कुछ खत्म कर दिता जी। बड़े फखर नाल कहने हैं कि असी केस कटाए ने की हो गया फिर की होया सिर्फ मन विच सिखी है वह भले मानसो जे सत्त वरियां दा बाल यही कुछ कह जाता तो अज इतिहास कुछ वक् होना सी अज फखर नाल सिर उच्चे नहीं सी चुके होने असी भी उन्हां मुगलां दे अगे अज पिट्ठां चुका के खड़े होना सी। सिर्फ इन्नी गल कि मैं इस धर्म नाल तां जुड़िया क्योंकि मेरी हड्डी रची सोच है ते ए सोच है समाज प्रति सुचज्जी सोच जिथे समाज दिल विच जिहड़े नपीड़े लोकां ने उन्हां लई खड़ा होना उन्हां लई आवाज़ चुकना। कदों असी छड्डांगे मैं ते मेरे नूं जे नहीं छड्डिया तो सोच के वेख्यो ये अखां सानूं आपे नहीं मिलियां उस गुरु की दात ने दिसदा जे किसी अखां ते कन्नां ते टैग लगे हुए कि गुरु साहब ने दिते ने कि जीभ ते एक वक्ख प्रिंट लाना जे ये अख ते वक्ख एक नुकता लाना जे कि मैं दिता जे। कदे शुक्र भी नहीं असी करदे कि असी संपूर्ण शरीर ही मिल गया जे इहदी भी बहुत शुकराना असी भुल चुके हां। शुक्र नहीं करदे आके सिर्फ उलांभे दिंदे हां कि मेरे घर विच एक मौत हो गई बहुत माड़ा है तां असी तेरे तो हुण परां होण लगे मेरे नाल कुछ माड़ा होया मेरे घर विच एक्सीडेंट होया मेरे घर दे विच कारोबार ढिल्ला हो गया मैं हुण गुरु घर च नहीं आउणा। जे किते मंगां दी गल हुंदी तां असी मंगते होणा सी। तुहानूं नहीं लगता कि माछीवाड़े दे जंगलां विच पैरां विच कंडे चुभे लहू वगदा होया
उस वेले गुरु साहब ना मंग लेंदे कि मैनू ते ऐशो आराम दा सौख दी जिंदगी दे दिओ, क्यों मैं मरदा पिया, क्यों किसे लई आपा वारदा पिया, क्यों निके निके बाल कुर्बान कर रहे हैं, सिर्फ ए दिखाउण लई कि आउण वाली पुश्त इस दे इसे सिखी धर्म विच कोई मंगता ना पैदा होवे, सिर्फ अपने हक लई जूझण वाला पैदा होवे। असीं उह वी खत्म कर दिता, सिर्फ मैं ते मेरा। मेरा दिल टुटिया सी। एक दिन एक अखबार दे विच मुख पन्ने उत्ते खबर छपी, खबर ए सी कि असीं इस वेले धर्म तब्दील करन लगे हाँ क्योंकि साड़ी सुनवाई नहीं हो रही। लानत कह सकती हैं, लानत कि एक उस समय बेदावा लिखिया गया सी जदों असी मुँह मोड़ के तुरे सां, साडे ही नाल दे सन, साडे ही किते वड्डे वडेरियां चों होणगे जिहड़े उस वेले भी मुड़े सन, ये कह के कि असी ते जी अपने टब्बर लई तुरे हाँ, असी वापस चले गुरु तों मुँह मोड़ के। की उहनां दी पुछ होणी सी, की प्रतीत होणी सी, पर वापस किना मुड़िया? चूड़ियां वालियां ने लानत पा के तोरिया सी कि उस गुरु ने जे सब कुछ कीता तो साडे वास्ते कीता, ते असी फिर अज किहड़े मुँह नाल दोबारा कहण लगे हाँ कि असी पासा मोड़ के तुर पैणा। इहदा मतलब ये पहला भी नहीं सन, वह सिखी सोच नाल पहला भी नहीं सी जुड़े, ते जे अज भी निकल जांदे ने तां निकल जाण दिओ, वह इस कौम दे विच होण दे काबल ही नहीं सन, क्योंकि इस कौम दे विच आउण वाले नूं पता है वह अपने वास्ते हुंदा ही नहीं, वह किसे वास्ते है, ते किसे वास्ते दा मतलब है कि इस थां ते जन्म जे सार्थक करना है ता मतलब है आवाज़ बननी, किसे अजिहे दी आवाज़ बननी जिहड़ा दबिया गया है, जिहड़ा कुचलिया गया है, जिहड़ा लोड़वंद है, उहदे लई खड़े होना, उसे नूं सिख किया जांदा है। उहदे विच जात ते गोत आउंदी नहीं, पर अफसोस जिते किते खड़े होइए, जिहड़ी पछाण सानूं दित्ती है। मोटरसाइकिल भी खरीदन जाओ ना, तुसीं वेखदे हो कंपनी किहड़ी है, कारां खरीदते हो तां भी कंपनियां वेखदे हो, शीशा खरीदना है तां भी वधिया कंपनी दा लैणा है। ते जो गुरु साहब ने सानू लोगो ला के दिता है, एक सिंह दा मतलब है एक शेर, अजिहा शेर जो किसे नूं बचाउण वाला है, जो किसे लई जान वारन देण वार देण वाला है, जिहदे कोल खड़े तुसीं सुरक्षित महसूस कर सकदे हो, उह नाम उह असीं पछाण अपना ला दिता है। जिथे जाओ सानू गरेवाल मिलते ने, संधू मिलते ने, ढींडसे मिलते ने, होर भी बहुत मिल जाते ने, सिंह नहीं मिलते। कुड़ियां भी वेख लो बिल्कुल इन बिन इहो हाल च ने कि असी नाल दी जात ते गोत जरूर लाउणी है, कौर किते असी पिछां छड दिता है, जे पछाण ही छड़ दिती है ते असी एक वड्डी भीड़ विच गुम हो चुके हाँ जिथे साडी होंद ते है ही नहीं, जिवें होर कीड़े मकौड़े फिरदे ने असी बिल्कुल उंजा। इहदा मतलब तुसीं समझ नहीं रहे कि जे पछाण गुम गई तां असीं साडी होंद, साडा टब्बर, साडे आउण वालियां, साडे फखर वाला पिछोकड़, सब कुछ गुम हो गया, ते जे उह गुम हो गया तां यकीनन साडी पीढ़ी साडे असीं उहनां दे अगे कसूरवार साबित हो जावांगे। अजे इक इह वी मार नहीं, इक होर मार बड़ी तगड़ी साडे धर्म ते पै रही है, साडी जबान खोई जाण लग पई। इस दा किन्ना क माड़ा असर पैणा जे जरा सोच के वेखियो कि अज दे दिन जो कि गुरुआं पीरां दी जबान सी, उस जबान नूं असी सोचदे हां जिहड़ा बोल रिहा है अनपढ़। इहदा मतलब समझदे हो की कि जो पीड़ सानूं गुरु साहब ने गुरबाणी दे राहीं दसी, जो जीवन दी जाच दसी, इहदे विच जे साडियां आउण वालियां अगली पुश्त या उस तों अगली पुश्त जो सिर्फ अंग्रेजा की पिछ लग बन के रह जाएगी, जिसनों इस जबान का कुछ अता पता नहीं होना, जबान तो किनारा करके तुरेगी, तो यह समझ लो कि कल कोई भी अंग्रेज आके कहेगा कि इस ग्रंथ के गुरु तुहाडा नहीं जे, इस ग्रंथ के साडे गुरु की सिफत की जे, तो साडी तीजी पुश्त जो सिर्फ अंग्रेज बन चुकी, जिसनों आउंदी नहीं कि पंजाबी हुंदी की जे, जिसनों ये नहीं पता कि गुरु साहब ने दसना की चाहिया है, तुहानू लगता है कि वह पीड़ वाले हंजू साडी तीजी पुश्त नूं कोई अंग्रेज दसेगा कि तुहाडे गुरु गोबिंद सिंह जी की सोच के निकले होणगे, जिन्हां दे जवान पुत्र उस समय लहू लुहान सन। जरा सोच के वेखियो कि इतिहास कहिंदा जे उन्हां समयां विच बाबा अजीत जी नूं जिस तरह उस समय उन्हां दा शहादत होई, वह बयानों बार है,
सारे इतिहास विच पूरी दुनिया विच कोई अजिहा नहीं मिसाल किते भी जिथे ये दिसदा होए कि हर जना काला सी उन्हां नूं विन देण लई। एक प्यो जो उत्थे किले दे अंदरों वेखदा होए अपने जवान मुछ फुट पुत्तर नूं 130 वार कोई थोड़े नहीं होंदे। किस प्यो विच हिम्मत है, किस मां विच हिम्मत है, वह अपना पुत्तर इस तरह फुंडिया जांदा वेखदा होवे ते हर मुगल काला होवे कि मैं इहदे शरीर दे विच अपना नेजा चोब दिया ताकि शायद उस तो बाद मैनू कोई होर उच्चा रुतबा ही मिल जाए। इस तरह की हालत विच भी गुरु साहब वालों उत्थों बगैर हंजू केरियां तुर जाना साबित करता है ते उस तो बाद किन्नी वड्डी गल आखी कि मेरे चार तुर भी गए ने ना, मेरे हजारां पुत्र होर ने। उन्हां हजारां पुत्रां विच वेखना की चाहिया सी? तुसी कदे नाम वल ध्यान कीता जे गुरु साहब दे चारों साहिबजादियां दे नाम की सन? ओ शेर जिहड़ा जित्या ही नहीं जा सकता, जोर वाला ते तगड़ा शेर, ओ शेर जिहड़ा इन्ना क ताकतवर है कि ओ किसे लई जान वार सकता जे। जुझारू शेर है इहो जिहे नामां दे विच की लभना चाहिया सी कि मेरे आने वाले हजारां पुत्र होर कुछ भी ना करन पर पुश्त दर पुश्त मेरी पीड़ तां पहुँचा जाण जो मैं इस धर्म नाल जुड़ियां लई अपने मना विच सांभी। ते असी नाम बच्चियां दे शुरू कर दिते ने हैरी दिक, ये नाम ने ते असी की दर्शाउणा चाहुंदे आ गुरु साहब नूं कि जो साडे नाम दे विच जोश सी ना साडे नाम नूं बोलण दे नाल आउण वाला असी ते वह भी खत्म कर दिता है। यानी ऐलान किया जे कि एक बेदावा वह लिखिया सी, अज एक बेदावा असी होर लिख दिता है। ना असी तेरी पछाण रखनी है, ना असी दस्तार रखनी है, ना असी केस रखने ने, ना असी नाम नाल कौर या सिंह लाउणा है, ते असी तेरी जबान नूं भी तिलांजलि दे दित्ती, तेरी होंद नूं खत्म करन लई असी अगली पौध तैयार कर दित्ती है, क्योंकि ये पौध माफ करियो नशियां विच गरकी होई है, क्योंकि इहनूं पिछले इतिहास नाल जोड़न वाला कोई खड़ा नहीं हुंदा। ये पौध अजिही है जिहड़ी कुखां विच धीआं नूं मारदी है, क्योंकि इन्हां नूं डर लगता है कि औरत जात जे खड़ी होई दोबारा किते चूड़ियां साडे मूँह ते मारियां, दोबारा किते बैंत चक लिया तो फिर शर्मसार ना हो जाइए, औरत जम्मण नहीं देनी। किस बगैरत तरीके असीं इस वेले पहुंचे हाँ कि साडे इस वेले धर्म दे विच खबरां जो छपदियां ने ਉਹ ਚਮੂਹ ਦੇ ਉੱਤੇ ਐਸੀ ਚਪੇੜ ਨੇ ਜਿਹੜੀ ਬਰਦਾਸ਼ਤ ਨਹੀਂ ਹੁੰਦੀ ਕਿ ਸਾਡੇ ਧਰਮ ਦੇ ਉਹ ਸਿਰ ਕੱਢ ਜੋਧੇ ਜਿਹੜੇ ਹੋਰਨਾਂ ਮੁਲਕਾਂ ਦੇ ਜਾ ਵਿੱਚ ਜਾ ਕੇ ਵੀ ਵਰਲਡ ਵਾਰ ਦੇ ਵਿੱਚ ਤੱਕ ਵੀ ਜਿਹੜੇ ਇੱਕ ਵੱਖਰੀ ਮਿਸਾਲ ਕਾਇਮ ਕਰ ਗਏ, ਜਿਹੜੇ 2% ਹੁੰਦਿਆਂ ਹੋਇਆਂ ਵੀ ਮੁਲਕ ਦੇ ਵਾਸਤੇ ਸ਼ਹੀਦ ਹੋਣ ਵਾਲਿਆਂ ਵਿੱਚ 80% ਦੀ ਗਿਣਤੀ ਸੀ, ਅੱਜ ਉਹਨਾਂ ਮੋਢੀਆਂ ਦੀ ਹਾਲਤ ਇਹ ਹੈ ਕਿ ਅਖਬਾਰਾਂ ਛਾਪਦੀਆਂ ਨੇ ਇਹ ਆਪੋ ਆਪਣੇ ਘਰਾਂ ਦੀਆਂ ਨਾਬਾਲਗ ਬੱਚੀਆਂ ਜਿਹੜੀਆਂ ਕਿ 9 ਮਹੀਨੇ ਦੀਆਂ ਨੇ, 2 ਵਰਿਆਂ ਦੀਆਂ ਨੇ, ਉਹਨਾਂ ਦਾ ਜਿਸਮਾਨੀ ਸ਼ੋਸ਼ਣ ਕਰ ਰਹੇ। ਲਾਨਤ ਇਹ ਹੈ ਕਿ ਸਿਰਫ ਇੱਥੇ ਬਸ ਨਹੀਂ ਕਰਦੇ, ਉਹ ਇਹ ਹਾਲ 'ਤੇ ਪਹੁੰਚ ਗਏ ਨੇ ਕਿ ਹੁਣ ਪੜ੍ਹਨ ਨੂੰ ਇਹ ਮਿਲਦਾ ਜੇ ਨਾ ਮਰਦ ਨੇ ਉਹ ਸਾਰੇ ਜਿਹੜੇ 2 ਵਰਿਆਂ ਦੀ ਬਾਲੜੀ ਦਾ ਸਮੂਹਕ ਬਲਾਤਕਾਰ ਕਰਨ ਲਈ 5-5 ਇਕੱਠੇ ਹੁੰਦੇ ਨੇ ਅਤੇ ਉੱਥੇ ਬਸ ਨਹੀਂ ਕਰਦੇ, ਜਿਸਮ ਸਾੜਦੇ ਵੀ ਨੇ, ਉਹਦੇ ਬੱਚੇਦਾਨੀ ਦੇ ਅੰਦਰ ਸੋਟੀਆਂ ਵਾੜ ਵਾੜ ਕੇ ਪਾੜਦੇ ਨੇ, ਜਿਗਰ ਪਾੜ ਕੇ ਪਰੇ ਕਰ ਦਿੰਦੇ ਨੇ। ਕਿਹੜੇ ਮੂੰਹ ਨਾਲ ਇਹਨਾਂ ਨੂੰ ਇਨਸਾਨ ਆਖੀਏ ਜੇ ਬੇਦਾਵਾ ਲਿਖਦੇ ਨੇ? ਇਹੋ ਜਿਹੇ ਇਹਨਾਂ ਦੇ ਕੌਮ ਦੇ ਵਿੱਚ ਇਹਨਾਂ ਦੀ ਲੋੜ ਨਹੀਂ, ਇਹਨਾਂ ਮਰਦ ਨੇ। ਇਸ ਤੋਂ ਵੱਧ ਕੁਝ ਕਿਹਾ ਨਹੀਂ ਜਾ ਸਕਦਾ ਕਿ ਜਿਹੜੀਆਂ 2 ਵਰਿਆਂ ਦੀਆਂ ਬਾਲੜੀਆਂ ਲਈ ਸਮੂਹਕ ਬਲਾਤਕਾਰ ਲਈ 5-5 ਖੜੇ ਹੁੰਦੇ ਨੇ, ਕਿਹੜੇ ਮੂੰਹ ਨਾਲ ਕਹਿੰਦੇ ਨੇ ਕਿ ਉਹ ਜਾਤ ਪਾਤ ਜਾਂ ਧਰਮ ਵਾਸਤੇ ਇੱਥੇ ਖੜੇ ਨੇ? ਇਹਨਾਂ ਨੂੰ ਬੇਦਾਵਾ ਲਿਖਿਆਂ ਵਾਲਿਆਂ ਨੂੰ ਇਸ ਕੌਮ ਦੇ ਵਿੱਚ ਖੜੇ ਹੋਣ ਦੀ ਲੋੜ ਨਹੀਂ ਹੈ, ਕੱਢ ਦਿਓ, ਖਤਮ ਕਰ ਦਿਓ ਇਸ ਧਰਤੀ ਤੋਂ, ਇਹਨਾਂ ਨੂੰ ਬੇਦਾਵਾ ਕਰ ਦਿਓ ਕਿ ਇਸ ਧਰਤੀ 'ਤੇ ਖੜੇ ਹੋਣ ਦੇ ਲਾਇਕ ਵੀ ਨਹੀਂ। ਕਿੱਥੇ ਗਏ ਨੇ ਅੱਜ ਉਹ ਰੰਗਰੇਟੇ ਗੁਰੂ ਦੇ ਬੇਟੇ? ਕਿਉਂ ਆਪਣੇ ਹੱਕਾਂ ਲਈ ਅਜੇ ਵੀ ਤਰਸਦੇ ਫਿਰਦੇ ਨੇ? ਕਿਉਂ ਆਪਣੇ ਆਪ ਨੂੰ ਸਮਰੱਥ ਨਹੀਂ ਸਮਝਦੇ? ਕਿਉਂ ਨਹੀਂ ਖੜੇ ਹੁੰਦੇ ਕਿ ਸਾਨੂੰ ਤਾਂ ਗੁਰੂ ਸਾਹਿਬ ਨੇ ਆਪਣਾ ਪੁੱਤਰ ਦਾ ਦਰਜਾ ਦਿੱਤਾ ਜੋ ਕਿਸੇ ਹੋਰ ਨੂੰ ਦਿੱਤਾ ਨਹੀਂ? ਕੌਣ ਦੇ ਸਕਦਾ ਜੇ? ਲੁਬਾਣਾ ਬਿਰਾਦਰੀ ਦਾ ਅਸੀਂ ਦੇਣ ਦੇ ਸਕਦੇ ਹਾਂ, ਜਿਨ੍ਹਾਂ ਨੇ ਨਾ ਸਿਰਫ ਸੀਸ ਜਾ ਕੇ ਉੱਥੇ ਲਗਾਏ ਬਲਕਿ ਉਹਨਾਂ ਨੇ
ਉਹਨਾਂ ਆਪਣੇ ਜਿਹੜਾ ਪਾਰਥਿਕ ਸਰੀਰ ਉੱਥੋਂ ਚੁੱਕ ਕੇ ਆਪਣੇ ਘਰ ਨੂੰ ਅੱਗ ਤੱਕ ਲਾ ਦੇਣੀ, ਇਹ ਕੋਈ ਮਜ਼ਾਕ ਦੀ ਗੱਲ ਨਹੀਂ। ਜਿਗਰਾ ਚਾਹੀਦਾ ਇਹੋ ਜਿਹੀ ਚੀਜ਼ ਵਾਸਤੇ, ਪਰ ਅਸੀਂ ਸਭ ਕੁਛ ਭੁਲਾ ਦਿੱਤਾ ਹੈ, ਇੱਕ ਸਿਰਫ ਨੀਵੀਂ ਨੀਵੀਂ ਤੇ ਉੱਚੀ ਉੱਚੀ ਜਾਤ ਦੇ ਜੋ ਵੱਖਰਾਪਣ ਅਸੀਂ ਕਰ ਦਿੱਤਾ ਹੈ। ਮਤਲਬ ਹੈ ਸਪਸ਼ਟ ਕਿ ਅਸੀਂ ਇਸ ਕੌਮ ਨੂੰ ਪਾੜਨ ਤੇ ਤੁਰ ਗਏ। ਜੋੜਨ ਵਾਸਤੇ ਆਖਿਰ ਕੌਣ ਆਏਗਾ? ਚਾਹੁੰਦੇ ਹਾਂ ਕਿ ਦੁਬਾਰਾ ਆਵੇ ਮਾਈ ਭਾਗੋ, ਖੜੀ ਕਰੇ ਸਾਨੂੰ, ਬੈਂਤ ਮਾਰੇ ਸਾਡੀ ਪਿੱਠ ਤੇ, ਫਿਰ ਯਾਦ ਕਰਾਵੇ ਉਹ ਸਮਾਂ, ਫਿਰ ਇਕੱਠੇ ਹੋਵਾਂਗੇ। ਕਦੋਂ ਹੋਣਾ ਜੇ ਅਸੀਂ ਮਨਾਂ ਵਿਚਲੇ ਪਾੜਾਂ ਨੂੰ ਤੋੜ ਕੇ ਇਕੱਠੇ ਕਦੋਂ ਹੋਣਾ ਜੀ? ਇੱਕ ਗੱਲ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਬਾਬਾ ਬੁੱਲੇ ਸ਼ਾਹ ਸੀ, ਇੱਕ ਥਾਂ ਤੇ ਉਹ ਆਪਣੀ ਮਾਲਾ ਫੇਰਦਾ ਪਿਆ ਸੀ। ਮਾਲਾ ਫੇਰਦਾ ਉਹਦਾ ਧਿਆਨ ਗਿਆ ਕਿ ਉਹਦੇ ਸਾਹਮਣੇ ਇੱਕ ਔਰਤ ਗਾਜਰਾਂ ਉੱਥੇ ਵੇਚ ਰਹੀ ਸੀ। ਗਾਜਰਾਂ ਵੇਚਦੀ ਉਸਨੇ ਦੇਖਿਆ ਕਿ ਹਰ ਜਣੇ ਨੂੰ ਉਹ ਬੜੀ ਮਿਣਤੀ ਨਾਲ ਪੂਰੀ ਮਿਣ ਕੇ ਦੇ ਰਹੀ ਸੀ ਤੇ ਪੂਰੀ ਮਾਇਆ ਲੈ ਰਹੀ ਸੀ ਤੇ ਕਿਸੇ ਨੂੰ ਵੀ ਮਾੜੀ ਚੰਗੀ ਚੁਣਨ ਨਹੀਂ ਸੀ ਦੇ ਰਹੀ ਕਿ ਜੇ ਚੁੱਕਣੀਆਂ ਜੇ ਤਾਂ ਇਕੱਠੀਆਂ ਚੁੱਕ ਇੱਕੋ ਵਾਰ, ਇਹ ਨਹੀਂ ਕਿ ਮਾੜੀ ਛੱਡ ਜਾਣੀ ਹੈ ਤੇ ਚੰਗੀ ਲੈ ਜਾਣੀ ਹੈ, ਸਾਰੇ ਦੀ ਸਾਰੀ ਢੇਰੀ ਚੱਕ ਤੇ ਪੂਰੇ ਪੈਸੇ ਲੈਣੇ ਜੇ, ਮੈਂ ਬੜੀ ਇਸ ਤੋਂ ਘੱਟ ਵੱਧ ਕਰਨਾ ਨਹੀਂ। ਬੜਾ ਚਿਰ ਦੇਖਦੇ ਰਹੇ ਕਿ ਬੜੀ ਤੋਲ ਮੋਲ ਕੇ ਕੰਮ ਚੱਲ ਰਹੀ ਹੈ। ਕੁਝ ਚਿਰ ਬਾਅਦ ਉਹਨਾਂ ਦੇਖਿਆ ਕਿ ਇੱਕ ਜਦੋਂ ਬੰਦਾ ਆਇਆ ਤਾਂ ਉਹਦੇ ਚਿਹਰੇ ਤੇ ਬੜਾ ਖੇੜਾ ਆ ਗਿਆ ਤੇ ਉਸ ਬੀਬੀ ਨੇ ਜੋ ਗਾਜਰਾਂ ਵੇਚ ਰਹੀ ਸੀ, ਬਿਨਾਂ ਇਹ ਦੇਖਿਆ ਕਿ ਉਹਨੇ ਕੋਈ ਪੈਸਾ ਨਹੀਂ ਲੈਣਾ, ਸਭ ਤੋਂ ਵਧੀਆ ਗਾਜਰਾਂ ਚੁਣ ਕੇ ਉਹਨੂੰ ਦੇ ਦਿੱਤੀਆਂ ਤੇ ਪੈਸਾ ਨਹੀਂ ਲਿਆ। ਬਾਬਾ ਬੁੱਲੇ ਸ਼ਾਹ ਉੱਥੇ ਉੱਠ ਕੇ ਤੁਰ ਕੇ ਗਏ ਉਹਦੇ ਕੋਲ, ਪੁੱਛਣ ਨੂੰ ਰਿਹਾ ਨਹੀਂ ਗਿਆ ਵੀ ਇੰਨੀ ਲੜਾਈ ਕਰਦੀ ਤੂੰ ਕਿੰਨੀ ਗਾਹਕ ਮੋੜ ਦਿੱਤੇ ਵੀ ਮੈਂ ਚੁਣਨ ਨਹੀਂ ਦੇਣੀ ਚੰਗੀ ਮਾੜੀ ਗਾਜਰ, ਸਾਰਾ ਲਿਜਾਣਾ, ਆਖਰ ਕੀ ਹੋਇਆ ਕਿ ਤੂੰ ਇੱਕ ਜਣੇ ਨੂੰ ਇੰਜੀ ਫੜਾ ਦਿੱਤੀਆਂ, ਤੂੰ ਬਿਲਕੁਲ ਚੁਣ ਚੁਣ ਕੇ ਵਧੀਆ ਤੇ ਪੈਸੇ ਵੀ ਨਹੀਂ ਲਏ, ਆਖਰ ਹੋਇਆ ਕੀ? ਜੋ ਉਸ ਜਵਾਬ ਦਿੱਤਾ, ਬਾਬਾ ਬੁੱਲੇ ਸ਼ਾਹ ਦਾ ਨਜ਼ਰੀਆ ਜ਼ਿੰਦਗੀ ਪ੍ਰਤੀ ਬਦਲ ਗਿਆ। ਉਹਨਾਂ ਕਿਹਾ, ਉਸ ਔਰਤ ਨੇ ਕਿਹਾ ਕਿ ਬਾਬਾ ਜੀ ਇਸ ਬੰਦੇ ਨੂੰ ਮੈਂ ਪਿਆਰ ਕਰਦੀ ਹਾਂ, ਤੇ ਪਿਆਰ ਕਰਨ ਦੇ ਵਿੱਚ ਕਿਹੜਾ ਤੋਲ ਮੋਲ ਹੁੰਦਾ ਜੇ, ਫਿਰ ਤਾਂ ਸਭ ਕੁਛ ਉਸੇ ਦਾ ਹੁੰਦਾ ਜੇ, ਮੈਂ ਕਾਹਦੇ ਪੈਸੇ ਲੈਣੇ ਸੀ ਤੇ ਸਭ ਤੋਂ ਚੰਗੀਆਂ ਗਾਜਰਾਂ ਦੇਣਾ ਮੇਰਾ ਦਿਲ ਕਰਦਾ ਸੀ ਤੇ। ਤੇ ਬਾਬਾ ਬੁੱਲੇ ਸ਼ਾਹ ਕਹਿਣ ਲੱਗੇ, ਮੈਂ ਕਿਹੜੇ ਭੁਲੇਖਿਆਂ 'ਚ ਪਿਆਂ ਕਿ ਮੈਂ ਇੱਕ ਇੱਕ ਮਣਕਾ ਫੇਰਦਾ ਪਿਆਂ ਵੀ ਇੱਕ ਨਾਮ ਲਿਆ ਕਿ ਇੱਕ ਦੂਸਰਾ, ਤੇ ਮੈਂ 104 ਗਿਣ ਕੇ ਕਿਉਂ ਬੈਠਾਂ ਜਦਕਿ ਜਿਹਦੇ ਨਾਲ ਮੈਂ ਪਿਆਰ ਕਰਦਾ ਉਹਦਾ ਹਰ ਪਲ ਉਸੇ ਦੇ ਨਾਂ 'ਤੇ ਹੈ, ਮੈਂ ਕਿਸ ਚੀਜ਼ ਦੀ ਇੱਥੇ ਤੁਲਨਾ ਕਰ ਰਿਹਾ? ਉਹ ਸਮਾਂ ਸੀ ਜਦੋਂ ਉਹਨਾਂ ਨੇ ਉਹ ਸੁੱਟ ਦਿੱਤੇ ਮਣ ਕੇ ਕਿ ਮੇਰਾ ਸਵਾਸ ਜੇ ਅੰਦਰ ਜਾਣਾ ਜਾਂ ਬਾਹਰ ਜਾਣਾ ਇਹ ਪਰਮਾਤਮਾ ਲਈ ਹੈ, ਉਹਦੀ ਸੋਚ ਵਿੱਚ ਮੈਂ ਇੰਨਾ ਕੁ ਗੜੁੱਚ ਹੋ ਜਾਣਾ ਕਿ ਮੈਨੂੰ ਪਤਾ ਹੀ ਨਹੀਂ ਲੱਗਣਾ ਚਾਹੀਦਾ ਕਿ ਮੈਂ ਕਿਸ ਸਮੇਂ ਕੁਛ ਖਾਧਾ ਕਿਸ ਸਮੇਂ ਪੀਤਾ, ਪਰ ਮੈਂ ਸਿਰਫ ਉਹਦੀ ਸੋਚ ਵਿੱਚ ਕੁਰਬਾਨ ਹੋ ਜਾਣਾ। ਕਿੰਨੇ ਕੁ ਜਣੇ ਅਸੀਂ ਜਿਹੜੇ ਆਪਣੇ ਕੰਮ ਕਾਰ ਦੇ ਕਰਦਿਆਂ ਕਦੇ ਇਹੋ ਜਿਹੀ ਸੋਚ ਨਾਲ ਅਸੀਂ ਵੀ ਜੁੜੇ ਹੋਈਏ ਕਿ ਉਸ ਪਰਮਾਤਮਾ ਦਾ ਸਮਾਂ ਸਾਡੇ ਕੋਲ ਸੀਮਤ ਹੈ, ਕੋਈ ਇੱਥੇ ਅਮਰ ਨਹੀਂ ਹੋ ਸਕਿਆ। ਅਸੀਂ ਅੱਜ ਹਾਂ, ਸ਼ਾਇਦ ਕੱਲ੍ਹ ਅਸੀਂ ਇਕੱਠੇ ਨਾ ਹੋਈਏ, ਕੋਈ ਜਾਂ ਮੈਂ ਜਾਂ ਤੁਹਾਡੇ 'ਚੋਂ ਹੋ ਸਕਦਾ ਇੱਕ ਜਣਾ ਵਿਛੜ ਜਾਏ, ਅਤੇ ਹਰ ਰੋਜ਼ ਅਨੇਕ ਲੋਕ ਮਰਦੇ ਨੇ, ਯਾਨੀ ਜ਼ਿੰਦਗੀ ਦਾ ਅੰਤ ਸੀਮਤ ਹੈ। ਜੇ ਪਤਾ ਜੇ ਅੰਤ ਸੀਮਤ ਹੈ ਤੇ ਅਸੀਂ ਕਰੋੜਾਂ ਦੀ ਜਾਇਦਾਦ ਇੱਥੇ ਕਿਸ ਲਈ ਇਕੱਠੀ ਕਰਕੇ ਜਾ ਰਹੇ ਹਾਂ? ਕਿਉਂ ਨਹੀਂ ਕਿਸੇ ਦੇ ਮਨ ਵਿੱਚ ਇੱਕ ਵੀ ਦਿਨ ਇੱਕ ਵੀ ਪਲ ਖੁਸ਼ੀ ਦੇ ਕੇ ਜਾ ਸਕਦੇ? ਸਾਡੇ ਮਨਾਂ ਵਿੱਚੋਂ ਇਹ ਸੋਚ ਨਿਕਲ ਗਈ। ਅਸੀਂ ਅੱਜ ਹਾਂ ਜਾਂ ਨਹੀਂ, ਤੁਹਾਡੇ ਵਿੱਚੋਂ ਸ਼ਾਇਦ ਕੋਈ ਨਹੀਂ ਜਾਣਦਾ ਹੋਣਾ ਕਿ ਕਿਤੇ ਬਰਨਾਲੇ ਦੇ ਵਿੱਚ ਕੋਈ ਇੱਕ ਬੰਦਾ ਜਿਹਦਾ ਕਾਰੋਬਾਰ ਬਹੁਤ ਵਧੀਆ ਜੇ, ਜਿਹੜਾ ਵਿਦੇਸ਼ਾਂ ਵਿੱਚ ਵੀ ਉਹਦੇ ਬੱਚੇ ਜਾ ਚੁੱਕੇ, ਬੜਾ ਵਧੀਆ ਉਹਨਾਂ ਦਾ ਨਾਮ ਜੇ ਉੱਥੇ, ਸਾਰਾ ਉਹਨਾਂ ਦਾ ਬੈਂਕ ਬੈਲੈਂਸ ਭਰਿਆ ਪਿਆ ਜੇ, ਉਹਨਾਂ ਦੇ ਦਾਦੇ ਪੜਦਾਦੇ ਵੀ ਸਨ, ਤੁਹਾਨੂੰ ਫਰਕ ਪੈਂਦਾ ਜੇ ਕਿ ਅੱਜ ਉਹ ਮਰ ਗਿਆ, ਮੋਇਆ ਪਿਆ ਏ ਜਾਂ ਜਿਉਂਦਾ ਏ ਜਾਂ ਆਪਣੇ ਘਰ ਵਿੱਚ ਵਾਪਸ ਮੁੜਿਆ ਜਾਂ ਨਹੀਂ? ਫਰਕ ਨਹੀਂ ਪੈਂਦਾ, ਕਿਉਂਕਿ ਉਹ ਮੈਂ ਅਤੇ ਮੇਰੇ ਤੱਕ ਸੀਮਤ ਹੋ ਗਿਆ। ਕਦੋਂ ਅਸੀਂ ਆਪਣਾ ਆਪ ਗੁਆ ਕੇ ਕਿਸੇ ਲਈ ਜੀਣਾ ਸ਼ੁਰੂ ਕਰ ਸਕਦੇ? ਕੋਈ ਇੱਕ ਦਿਨ ਸ਼ਾਮ ਨੂੰ ਕਦੇ ਤਾਂ ਸੌਣ ਤੋਂ ਪਹਿਲਾਂ ਇੱਕ ਪਲ ਇਹ ਦੇ ਦਈਏ ਸੋਚਣ 'ਚ ਕਿ ਅੱਜ ਕਿਸੇ ਦੇ ਚਿਹਰੇ 'ਤੇ ਮੁਸਕਾਨ ਲਿਆ ਸਕੇ ਸਾਂ ਜਾਂ ਨਹੀਂ? ਜੇ ਨਹੀਂ ਤਾਂ ਉਹਦਾ ਜ਼ਿੰਦਗੀ ਦਾ ਕਾਟਾ ਲਾ ਦਿਓ।
ਅਖੀਰ ਵਿੱਚ ਵੇਖ ਲਿਓ ਕਿ ਜਿੰਨੇ ਵੀ ਦੁਨੀਆ ਭਰ ਵਿੱਚ ਕਰੋੜਾਂ ਪਤੀ ਖਰਬਾਂ ਪਤੀ ਹੋਣਗੇ, ਉਹਨਾਂ ਦੇ ਤੁਰ ਜਾਣ ਬਾਅਦ ਕੋਈ ਨਾਮ ਲੇਵਾ ਕਿਸ ਤਰ੍ਹਾਂ ਪਾੜਿਆ ਜਾਂਦਾ ਹੈ, ਕਿਸ ਤਰ੍ਹਾਂ ਇੱਕ ਦੂਜੇ ਦੇ ਕਤਲਾਂ ਤੱਕ ਜਾਂਦੇ ਨੇ ਉਹ ਤੁਹਾਡੇ ਸਾਹਮਣੇ ਜੇ। ਪਰ ਯਾਦ ਰੱਖਣ ਵਾਲਾ ਸਿਰਫ ਉਹ ਰਹਿੰਦਾ ਜੇ ਜਿਹਦਾ ਨਾ ਅੱਗੇ ਹੋਵੇ ਨਾ ਪਿੱਛਾ ਹੋਵੇ, ਫਿਰ ਵੀ ਯਾਦ ਰੱਖਿਆ ਜਾਂਦਾ ਜੇ। ਹੁਣ ਸ਼ਹੀਦ ਊਧਮ ਸਿੰਘ ਕਿਸੇ ਮਾਂ ਜਾਂ ਪਿਓ ਦੇ ਸਾਏ ਹੇਠ ਨਹੀਂ ਸੀ ਪਲਿਆ, ਪਰ ਪਿੰਗਲਵਾੜੇ ਵਿੱਚ ਪਲੇ ਕਿੰਨੇ ਕੁ ਨੇ ਜਿਨ੍ਹਾਂ ਨੂੰ ਅਸੀਂ ਇਨਸਾਨ ਹੋਣ ਦਾ ਵੀ ਦਰਜਾ ਦਿੰਦੇ ਹਾਂ। ਪਰ ਉਹਦੇ ਮਨ ਅੰਦਰ ਪੀੜ ਸੀ ਕਿ ਮੈਂ ਇੱਕ ਬਗਾਵਤ ਦੇ ਤੌਰ 'ਤੇ ਖੜ੍ਹੇ ਹੋਣਾ ਜੇ, ਕਿਉਂਕਿ ਜ਼ੁਲਮ ਹੋਇਆ ਜੇ। ਇੱਕ ਜ਼ੁਲਮ ਦੇ ਵਿਰੁੱਧ ਹਨੇਰੀ ਜਦੋਂ ਵੀ ਕੋਈ ਬਣੇਗਾ, ਆਵਾਜ਼ ਚੁੱਕੇਗਾ, ਉਹਨਾਂ ਸਮਿਆਂ ਵਿੱਚ ਭਾਵੇਂ ਨਪੀੜ ਦਿੱਤਾ ਜਾਏ, ਖਤਮ ਕਰ ਦਿੱਤਾ ਜਾਏ, ਪਰ ਯਕੀਨਨ ਆਉਣ ਵਾਲੀਆਂ ਪੁਸ਼ਤਾਂ ਦੇ ਵਿੱਚ ਹਜ਼ਾਰਾਂ ਲੱਖਾਂ ਸਾਲ ਉਹ ਜਿਉਂਦਾ ਰਹਿ ਜਾਂਦਾ ਜੇ, ਕਿਉਂਕਿ ਇਹ ਵਾਈਬ੍ਰੇਸ਼ਨਸ ਜੋ ਅਸੀਂ ਕਿਸੇ ਦੇ ਦਿਮਾਗ ਵਿੱਚ ਆਪਣੀ ਹੋਂਦ ਦਰਸਾਉਣ ਲਈ, ਕਿਸੇ ਦੇ ਵਾਸਤੇ ਕੁਝ ਕਰ ਜਾਣ ਲਈ ਜਿਹੜਾ ਸਮਾਂ ਅਸੀਂ ਬਤੀਤ ਕਰਦੇ ਹਾਂ, ਉਹੀ ਜ਼ਿੰਦਾ ਹੋਏ ਹਾਂ, ਬਾਕੀ ਅਸੀਂ ਮੁਰਦਾ ਰਹਿ ਜਾਂਦੇ। ਇਹ ਧਰਤੀ ਜਦੋਂ ਬਣੀ ਸੀ ਨਾ, ਇਸ ਧਰਤੀ ਦੇ ਉੱਤੇ ਇਨਸਾਨ ਕਹਿੰਦੇ ਨੇ ਨਹੀਂ ਸਨ। ਬਾਂਦਰਾਂ ਤੋਂ ਅਸੀਂ ਬਣੇ ਹਾਂ ਤਾਂ ਇਹਦਾ ਮਤਲਬ ਸਮਝ ਲਓ ਕਿ ਕਿਸੇ ਦੀ ਕੋਈ ਮਲਕੀਅਤ ਨਹੀਂ ਸੀ ਇਸ ਧਰਤੀ 'ਤੇ। ਅਸੀਂ ਆਪ ਆਪਣੀਆਂ ਵੱਟਾਂ ਬਣਾਈਆਂ, ਆਪ ਹੱਦਾਂ ਬੰਨੀਆਂ, ਆਪਣੇ ਆਪ ਅਸੀਂ ਇਹ ਤੇਰਾ ਇਹ ਮੇਰਾ ਕਰਕੇ ਅਸੀਂ ਖੜ੍ਹੇ ਹੋ ਗਏ। ਅਤੇ ਕਿਸ ਵੱਟ ਲਈ ਅਸੀਂ ਇੱਕ ਦੂਜੇ ਦੀ ਜਾਨ ਲੈ ਲੈਂਦੇ ਹਾਂ ਕਿ ਇਹ ਵੱਟ ਦਾ ਪਾਣੀ ਰਤੀਕ ਉੱਧਰ ਹੋ ਜਾਏ ਜਾਂ ਇੱਧਰ ਹੋ ਜਾਏ, ਅਤੇ ਅਸੀਂ ਕਤਲ ਕਰਕੇ ਸਾਰੀ ਉਮਰ ਜੇਲ੍ਹਾਂ ਵਿੱਚ ਜਾਣ ਨੂੰ ਤਿਆਰ ਹਾਂ, ਅਤੇ ਇਹ ਨਹੀਂ ਖਿਆਲ ਰੱਖਦੇ ਕਿ ਸਾਡੇ ਤੁਰ ਜਾਣ ਬਾਅਦ ਵੀ ਵੱਟਾਂ ਇੱਥੇ ਹੀ ਰਹਿਣੀਆਂ ਨੇ। ਅਸੀਂ ਸੀ ਨਹੀਂ, ਸਾਡੀ ਧਰਤੀ ਨਹੀਂ ਸੀ, ਅਸੀਂ ਕਿਉਂ ਇਸ ਚੀਜ਼ ਲਈ ਲੜੀ ਮਰੀ ਜਾਂਦੇ ਹਾਂ। ਬਲਕਿ ਜੀਵਨ ਨੂੰ ਸਾਰਥਕ ਬਣਾ ਕੇ ਜਾਈਏ, ਕਿਸੇ ਲੇਖੇ ਲਾ ਕੇ ਜਾਈਏ, ਤਾਂ ਇਹ ਜ਼ਿੰਦਗੀ ਸਾਰਥਕ ਹੈ ਵਰਨਾ ਨਹੀਂ। ਇੱਕ ਐਕਸ ਅਤੇ ਵਾਈ ਜ਼ਰੂਰ ਮੈਂ ਤੁਹਾਡੇ ਨਾਲ ਸਾਂਝਾ ਕਰਕੇ ਜਾਣਾ ਚਾਹੁੰਦੀ ਹਾਂ, ਕਿਉਂਕਿ ਬਹੁਤ ਸਾਰੀਆਂ ਪਿੰਡਾਂ ਦੇ ਵਿੱਚ ਇਸ ਵੇਲੇ ਔਰਤਾਂ ਨੇ ਜਿਨ੍ਹਾਂ ਨੂੰ ਘਰੋਂ ਕੱਢ ਦਿੱਤਾ ਜਾਂਦਾ ਹੈ, ਇਹ ਕਹਿ ਕੇ ਕਿ ਇਹ ਮੁੰਡੇ ਨੂੰ ਜਨਮ ਨਹੀਂ ਦਿੰਦੀਆਂ, ਇਹਨਾਂ ਨੂੰ ਬਾਹਰ ਕੱਢ ਦੇਣਾ। ਕਿਸੇ ਵੀ ਔਰਤ ਦੇ ਜਿਸਮ ਵਿੱਚ 2 ਐਕਸ ਕ੍ਰੋਮੋਸੋਮ ਹੁੰਦੇ ਨੇ, ਜਦਕਿ ਮਰਦ ਦੇ ਜਿਸਮ ਵਿੱਚ 1 ਐਕਸ ਅਤੇ 1 ਵਾਈ ਕ੍ਰੋਮੋਸੋਮ। ਮੁੰਡਾ ਪੈਦਾ ਹੋਣ ਲਈ ਸਿਰਫ ਵਾਈ ਕ੍ਰੋਮੋਸੋਮ ਦੀ ਹੀ ਲੋੜ ਹੁੰਦੀ ਜੇ, ਜੋ ਔਰਤ ਦੇ ਜਿਸਮ ਵਿੱਚ ਹੈ ਹੀ ਨਹੀਂ। ਕੁਦਰਤ ਨੇ ਔਰਤ ਦਾ ਜਿਸਮ ਇੱਕ ਪੰਘੂੜਾ ਬਣਾਇਆ ਜੇ, ਜਿਹਦੇ ਵਿੱਚ ਮਰਦ ਵੱਲੋਂ ਗਿਆ ਜੇ ਐਕਸ ਕ੍ਰੋਮੋਸੋਮ ਆਏਗਾ ਤਾਂ ਕੁੜੀ ਪੈਦਾ ਹੋਣੀ ਹੈ, ਵਾਈ ਕ੍ਰੋਮੋਸੋਮ ਤੁਰੇਗਾ ਤਾਂ ਮੁੰਡਾ ਪੈਦਾ ਹੋਣਾ ਹੈ। ਯਾਨੀ ਔਰਤ ਇਹਦੇ ਲਈ ਕਸੂਰਵਾਰ ਨਹੀਂ ਹੈ, ਇਹ ਜ਼ਿੰਮੇਵਾਰੀ ਮਰਦ ਉੱਤੇ ਦਿੱਤੀ ਹੈ ਕੁਦਰਤ ਨੇ ਕਿ ਘਰ ਵਿੱਚ ਮੁੰਡਾ ਹੋਣਾ ਜਾਂ ਕੁੜੀ, ਇਹ ਸਿਰਫ ਅਤੇ ਸਿਰਫ ਮਰਦ ਉੱਤੇ ਨਿਰਭਰ ਹੈ, ਮੇਰੇ ਦੱਸੇ ਤੱਥ ਨਹੀਂ ਹਨ। ਜਾਓ ਟੈਸਟ ਕਰਵਾ ਲਓ, ਤੁਹਾਡੇ ਜਿਸਮਾਂ ਵਿੱਚ DNA ਅਨਾਲਿਸਿਸ ਕਰਾ ਲਓ, ਤੁਹਾਡੇ ਸਾਹਮਣੇ ਪ੍ਰਤੱਖ ਹੋਏਗਾ ਕਿ ਔਰਤ ਦੇ ਜਿਸਮ ਵਿੱਚ ਅਜਿਹੀ ਕੋਈ ਚੀਜ਼ ਨਹੀਂ ਜਿੱਥੇ ਮੁੰਡਾ ਜਾਂ ਕੁੜੀ ਤਬਦੀਲ ਹੋ ਜਾਣ, ਸਿਰਫ ਅਤੇ ਸਿਰਫ ਮਰਦ ਵੱਲੋਂ ਆ ਸਕਦਾ ਜੇ। ਜ਼ਿੰਮੇਵਾਰੀ ਕੁਦਰਤ ਨੇ ਮਰਦ ਉੱਤੇ ਦਿੱਤੀ ਹੈ। ਜੇ ਕਿਸੇ ਔਰਤ ਵਿੱਚ ਵਾਈ ਕ੍ਰੋਮੋਸੋਮ ਲੱਭ ਜਾਏ ਜ਼ਰੂਰ ਦੱਸਿਓ, ਕਿਉਂਕਿ ਉਹ ਦੁਨੀਆਂ ਵਿੱਚ ਤਰਥੱਲੀ ਮਚਾਉਣ ਲਈ ਹੋਏਗਾ। ਪਰ ਅਸੀਂ ਇਹ ਸੋਚ ਕਿਉਂ ਨਹੀਂ ਦੂਰ ਤੱਕ ਪਹੁੰਚਾ ਸਕਦੇ ਕਿ ਇਹ ਕਿਸ ਕਾਰਨ ਅਸੀਂ ਧੀਆਂ ਨੂੰ ਬਾਹਰ, ਨੂੰਹਾਂ ਨੂੰ ਬਾਹਰ ਕੱਢ ਰਹੇ ਹਾਂ, ਜਦਕਿ ਇਹ ਜ਼ਿੰਮੇਵਾਰੀ ਉਹਨਾਂ ਦੇ ਉੱਤੇ ਕੋਈ ਹੈ ਹੀ ਨਹੀਂ। ਇੱਕ ਦੂਸਰੀ ਜ਼ਿੰਮੇਵਾਰੀ ਜੋ WHO ਨੇ ਕਿਹਾ ਹੈ ਕਿ ਇਹ ਕੌਮ ਅਜਿਹੀ ਹੈ ਜਿਹਨੂੰ ਬਾਹਰੋਂ ਕੋਈ ਖਤਰਾ ਨਹੀਂ, ਇਹ ਕੌਮ ਖਤਮ ਕੀਤੀ ਨਹੀਂ ਜਾ ਸਕਦੀ, ਕਿਉਂਕਿ ਇਹਦਾ ਬੀਜ ਜਿਹੜਾ ਹੈ ਉਹ ਪਾਣੀ ਨਾਲ ਨਹੀਂ ਜੇ ਉੱਗਿਆ, ਇਹ ਬੀਜ ਜੋ ਇਸ ਵੇਲੇ ਬਿਰਖ ਬਣ ਚੁੱਕਿਆ ਹੈ ਇਹ ਸਿਰਫ ਲਹੂ ਨਾਲ ਸਿੰਜਿਆ ਗਿਆ, ਇਹ ਖਤਮ ਨਹੀਂ ਹੋ ਸਕਦਾ। ਪਰ ਇਹਦੀ ਤਬਾਹੀ ਕੌਣ ਲਿਆ ਸਕਦਾ ਹੈ? ਉਹੀ ਜੋ ਇਸ ਕੌਮ ਦੇ ਅੰਦਰ ਨੇ। ਅਤੇ ਕਾਰਨ ਇਹ ਕਿ ਜਿਸ ਘਰ ਵਿੱਚ ਧੀ ਨਹੀਂ ਜੰਮਦੀ, ਜ਼ਰਾ ਅੰਦਾਜ਼ਾ ਲਾ ਲਓ ਕਿ ਅਸੀਂ ਨਸਲ ਕੁਸ਼ੀ ਲਈ ਅੱਜ ਵੀ ਬਹੁਤ ਔਖੇ ਹਾਂ। ਪੰਜਾਬ ਨੇ ਸੰਤਾਪ ਹੰਢਾਇਆ 47 ਵੀ, ਅਸੀਂ ਹੰਢਾਇਆ 84 ਵੀ। ਜਿਸ ਤਰੀਕੇ ਔਰਤਾਂ ਦੀ ਪੱਤ ਉਦੋਂ ਲਵਾਈ ਉਹੀ 84 ਵਿੱਚ ਵਾਪਰਿਆ, ਯਕੀਨਨ ਜੇ ਅਸੀਂ ਇਕੱਠੇ ਨਾ ਰਹੇ ਇਹ ਫਿਰ ਇਤਿਹਾਸ ਦੁਹਰਾਉਂਦਾ ਜ਼ਰੂਰ ਇਹ ਫਿਰ ਹੋਏਗਾ। ਪਰ ਜਿਹੜਾ ਉਹਨਾਂ ਸਮਿਆਂ ਵਿੱਚ ਜੋ ਨਹੀਂ ਖਤਮ ਕੀਤਾ ਜਾ ਸਕਿਆ, ਕਿਵੇਂ ਅਸੀਂ ਆਪਣੀ ਨਸਲ ਕੁਸ਼ੀ ਆਪ ਕਰ ਰਹੇ ਹਾਂ, ਜ਼ਰਾ ਅੰਦਾਜ਼ਾ ਲਾ ਲਓ। ਜੋ ਮੈਂ ਤੁਹਾਨੂੰ ਹੁਣੇ ਐਕਸ ਅਤੇ ਵਾਈ ਕ੍ਰੋਮੋਸੋਮ ਦੀ ਸਮਝਾਈ ਜੇ ਗੱਲ, ਇਹਦੇ ਵਿੱਚੋਂ ਸਪਸ਼ਟ ਹੋ ਜਾਂਦਾ ਜੇ ਕਿ ਜੇ ਕਿਸੇ ਦਾਦੀ ਦੇ ਸਰੀਰ ਦਾ ਐਕਸ ਕ੍ਰੋਮੋਸੋਮ ਅਗਾਂਹ ਤੁਰਨਾ ਜੇ ਤਾਂ ਉਹਦੇ ਮੁੰਡੇ ਦੇ ਵਿੱਚ ਪਹਿਲਾਂ ਤਾਂ ਗਿਆ, ਕਿਉਂਕਿ ਵਾਈ ਕ੍ਰੋਮੋਸੋਮ ਉਹਦੇ ਪਤੀ ਵੱਲੋਂ ਆਉਣਾ ਸੀ।
थोड़ा सौखे तरीके मैं समझाना फिर चाहनी है। बहुत जरूरी गल है जो साढ़े ते खतरा मंडरा रहा है, तुहानू पता होना चाहिए होया कि मैं हुणे दस के हटी हाँ कि औरत कोल दो एक्स क्रोमोसोम ने। सो जे मुंडा पैदा होएगा तो मर्द का वाई क्रोमोसोम तो औरत का एक्स क्रोमोसोम अगे तुरेगा, यानी किसी भी मुंडे दे विच उहदी मां वल्लों एक्स ते प्यो वल्लों वाई क्रोमोसोम हो गया, जो अगे जे कुड़ी जमनी है तो मर्द का एक्स क्रोमोसोम जाएगा जो कि उहदी माता वल्लों आया होया है। यानी दादी का एक्स क्रोमोसोम अपने पुत्र राही सिर्फ पोतरी विच जा सकता है, वाई क्रोमोसोम तो मुंडे विच जाना। जिस घर विच पोतरी नहीं जमदी उस घर विच दादी का पूरे टब्बर का जो एक्स क्रोमोसोम ते जुड़े जीन सन जो दे एग्जिबिट सन वह पोतरी जे नहीं जमी तो अगों तुरया नहीं, उस खानदान नूं असीं इस धरती उत्तों अलविदा कह दिता। इहो जिहियां एक नहीं दो नहीं 383 जातियां इतिहास विच ने जिन्हां दे विच धी ना जम्मण सदका उन्हां दी होंद इस दुनिया विचों खत्म हो चुकी। तो ये एक आखिरी चेतावनी दी गई है WHO वालों सानू कि जे इस धर्म नूं लोकां नूं बचाउणा जे तो इन्हां नूं घट्टो घट हर घर विच एक धी जरूर पैदा करनी है, क्योंकि 112 लाख धीआं असीं हर साल कुख विच खत्म कर रहे हैं। यानी 112 लाख अजिहे टब्बर जिन्हां दी होंद इस थां ते खत्म कर दित्ती दा मतलब है कि कोई थोड़ा ही समां जे, क्योंकि एक पासे नशियां विच गर्क चुके साडे नौजवान इस वेले नपुंसक बनते जा रहे हैं, असीं उहनां विच भी पहला नंबर लै लैणा। साडियां धीआं जे कुखां विच मार के तां वी असीं पहले नंबर ते खड़े हुंने आ, बलात्कार करन दा समां आए तां वी असीं मोढी हो जांदे आ, असीं लुधियाणा रेप कैपिटल बना छड्डिआ पंजाब दा। यानी कोई अजिहा थां नहीं जिथे कुखां मां विच्चों धीआं मार मार के कुखां बंजर होण विच वी असीं हरियाणे दे जाके बराबर बैठ चुके हां। क्या कमाल दा असीं इस वेले हालात लिया धरे ने, जिथे गुरु साहब ने खड़ा कीता सी मेरा इक्को सिंघ 125,000 दे नाल लड़ मर जाण वाला ओ सूरमा जिहड़ा कदे किसे वी पुश्त दर पुश्त तुरदा आया, भी सारा गड़ी च भी जिसने दिखा दिता कि किवें सिर्फ मुट्ठी पर लोकां ने 10,000 जणियां नूं किवें मूंह दी खवाणी पई, पर ओ कौम अज दे दिन कित्थे खड़ी है जिथे साडे नौजवान नपुंसक हो रहे हो, जिथे धीआं असीं कुख विच मार रहे होईए, जिहड़ियां बच गईआं उहनां नूं नोच रहे होईए, ते किस मूंह नाल असीं दुनिया दे विच इह कह जो सकण योग होवांगे कि असीं अज बेदावा नहीं लिखिआ होइआ। जे लिखिआ होइआ ए ते फिर कौण इह बेदावा पढ़न लई आएगा। है तुहाडे विच्चों जिसनूं अज इह वंगार पाई जावे कि भावें कोई ओह औरत ए भावें मर्द, कोई कौर ए या कोई सिंघ, कोई बाबा बंदा सिंह बहादुर है या कोई माई पागो, कोई तो हिम्मत करो खड़े होवो जयकारा बुलाओ कि असी जान गए हैं साढ़े ते खतरा की है, असी लड़ांगे। क्यों नहीं साड़ियां मावां खड़ियां होंदियां कि जे उन्हां समयां विच वो लड़ सकदियां सन गुरु गोबिंद सिंह जी दे नाल, पहाड़ी राजां दे खिलाफ जित हासिल कर सकदियां सन, अज क्यों मर खप गईआं ने, क्यों गोडियां नूं लै के क्यों पिठ नूं लै के खत्म हुंदियां जांदियां ने, क्यों नहीं तियां नूं जूडे कराटे ते गतका सिखाउंदियां, क्यों नहीं खड़ा करदियां, क्यों अद्धी ताकत असीं घरां विच फूक छड्डीए सिर्फ चुल्हिआं दे पिछे गर्क गई है, क्यों नहीं खड़ियां हुंदियां कि मेरे सिर ते जिम्मेवारी है, मैं इस कौम दे लई शेर पैदा करने ने, तां ही होणगे जे पहलां आप शेरनियां बणनगियां, जे गिद्दड़ियां रहणगियां माफ करियो गिद्दड़ी आउणगे अगों शेर नहीं पैदा होणे। इक जयकारा गज्जो दिखाउण लई कि साडे विच अज वी माई भागो दी रूह है, असीं मां गुजरी दियां शेरनियां अज भी हाँ, तो सानू पता है साडी जिम्मेवारी की है, तो इस कौम के जिन्ने भी बशिंदे किते भी गलत राय तुर रहे ने कुराए पै रहे ने उन्हां नू वापस लियाउणा हर माँ की जिम्मेवारी है, हर भैण की जिम्मेवारी है, हर पत्नी की जिम्मेवारी है। जे माँ सुलखणी उदों खड़ी हो सकी सी, जे माँ गुजरी उस समय 9 वरियां दे बाल दे नाल पूरी डट के खड़ी सी कि मैं इस नू एक शेर बनाउणा है, तो क्यों अज दियां मावां दुबक के बह गईआं ने, गज के मेरे नाल जकारा बुला के हाजरी लवाओ कि गुरु साहब की हजूरी विच अज तुसी अपनी सोच तब्दील कीती कि असी अपनियां तियां किते भी वेचणियां नहीं, व्याहां दे विच असी दाज दे खिलाफ तौबा खड़ी कीती है, शेरनियां जम्मां गईआं जिन्हां दी खरीदो फरोखत नहीं हो सकती,
दाज नहीं लिया जाएगा ना दाज दिया जाएगा, पर इन्हां दी जिम्मेवारी है कि हर कुख विच्चों शेर ते शेरनी जरूर होएगी। जरा जकारा बुलाओ, दिखाओ मैनू कि इत्थों दी औरतां विच दम है। ये आवाज तो इस कमरे विच दब के रह गई, कदे शेरनी दहाड़ी वेखी जे। जंगल विच तरथली मच जाती जे जे कली शेरनी बोल पवे। जरा गज के जकारा तो बुलाओ, मैं शेरनी दी आवाज मंगी सी। है कोई मेरा वीर या भरा इत्थे इन्ना ही जिगरे वाला जिहड़ा कह सके कि जिहड़े भी बेदावा लिख के बैठे ने, जिहड़े गुरु साहब तो मंगा मन्नण लई इस वेले मन्नतां मंगण लई इत्थे हथ अड़ के आउंदे ने, अज तो किते ओह इह भी तब्दील कर लैण अपनी सोच कि असीं मंगण नहीं आए, सिर्फ शुकराना करन आए हां कि इंसानी जीवन दिता है किसे लेखे ला सकीए। ते इस जिंदगी विच घटो घट एक चंगा काम जरूर करके जाना है कि जिन्ने भी जने इत्थे इस वेले बेमुख होए बैठे ने, जो सोचते ने कि सिखी मना विच किते साडे पहरावे विच नहीं, जो अजे भी त्याग चुके ने उस गुरु दे चिन्ह जिन्हां ने सानू वख बनाया है, जिन्हां ने सोच एक अजिही पवित्र जिंदगी दे विच सानू जो दे के गए ने, जो पूरी दुनिया विच फैल रही है कि ओ जो बेमुख होए पए उन्हां नू वापस लियाउण लई है इत्थे भी कोई पंज सिर जिहड़े खड़े हो जाण कि असी बेदावा लिखियां नू वापस लियावांगे, असी जात पात दा ये जो अडंबर रचिया गया है खत्म कर देंगे, असी इंसानियत लई लड़ांगे, इकट्ठे होवांगे, एकजुट होवांगे, विखावांगे कि इकट्ठे होण विच ताकत की है, तां जो एक भी बंदा इकला निकलेगा ते लोग त्रैणगे कि ये उस जुट दे विच्चों इकला शेर जे गिदड़ां दी नहीं जे ढाणी। सो इसे करके इहदे तों डर के या त्रह के ठीक रहना जे, ते पहली आवाज जात पात दे विरुद्ध तगड़ी जे शुरू होनी जे इस पिंड चों शुरू होनी चाहीदी जे। पर जे जकारा गज्जण दी भी हिम्मत नहीं है तां बोलियो ना, एक गज के जकारा बुलाओ, ऐलान करदा कि असी गुरु साहब दे सिखी सोच नू पूरी दुनिया विच पसारा इहदा करांगे। जरा बोल के तां विखाओ। ਇਹ ਆਵਾਜ਼ ਤਾਂ ਸਿੰਘਣੀਆਂ ਤੋਂ ਵੀ ਹੌਲੀ ਹੈ, ਜਰਾ ਗੱਜ ਕੇ ਦਿਖਾਓ ਕਿਵੇਂ ਸ਼ੇਰ ਬੋਲਦੇ ਨੇ। ਕਿਸ ਵਿੱਚ ਹਿੰਮਤ ਹੈ ਜੋ ਭਰੇ ਬਾਜ਼ਾਰ ਵਿੱਚ ਆਪਣਾ ਸੀਸ ਕਟਾ ਆਵੇ। ਕੋਈ ਹੈ ਜਿਗਰੇ ਵਾਲਾ ਜੋ ਆਪਣੇ ਸੋਲ ਬਾਲਾਂ ਨੂੰ ਨੀਹਾਂ ਵਿੱਚ ਚਿਣਾ ਆਵੇ। ਕੌਣ ਹੈ ਜੋ ਜਬਰ ਦੀ ਤਲਵਾਰ ਨੂੰ ਲਹੂ ਆਪਣਾ ਪਿਆਵੇ। ਕੋਈ ਹੈ ਜੋ ਸਰਬੰਸ ਲੁਟਾ ਕੇ ਯਾਰੜੇ ਦੇ ਸੱਥਰ ਗਾਵੇ। ਕੌਣ ਹੈ ਜੋ ਤੱਤੀਆਂ ਤਵੀਆਂ ਤੇ ਮਿੱਠੇ ਭਾਣੇ ਦੇ ਬੋਲ ਗਾਵੇ। ਕੋਈ ਬਚਿਆ ਦਮ ਵਾਲਾ ਜੋ ਚਰਖੜੀਆਂ ਦੇ ਹੁਲਾਰਿਆਂ ਵਿੱਚ ਨਪੀੜਿਆ ਜਾਵੇ। ਸੀ ਤੱਕ ਨਾ ਕਰੇ ਖਿੜੇ ਮੱਥੇ ਆਰਿਆਂ ਨਾਲ ਚਿਰਵਾਇਆ ਜਾਵੇ। ਕੌਣ ਹੈ ਜੋ ਪੁੱਠੀਆਂ ਖਲਾਂ ਲੁਹਾ ਕੇ ਗੁਰੂ ਲਈ ਵਾਰਿਆ ਜਾਵੇ। ਕਿੱਥੋਂ ਲਿਆਈਏ ਮਹਾਂ ਸਿੰਘ ਵਰਗਾ ਵੀਰ ਜੋ ਸਾਡਾ ਲਿਖਿਆ ਬੇਦਾਵਾ ਪਾੜ ਜਾਵੇ। ਕੌਣ ਜੋੜੇਗਾ ਸਾਡੀ ਟੁੱਟੀ ਗੰਢੀ। ਨਾ ਰੱਖੇ ਕੇਸ ਨਾ ਦਸਤਾਰ, ਨਾ ਬੋਲੀ ਨਾ ਸੱਭਿਆਚਾਰ। ਕੋਈ ਤਾਂ ਮਾਛੀਵਾੜੇ 'ਚ ਚੁੱਭੇ ਹੋਏ ਕੰਢੇ ਦੀ ਪੀੜ ਨੂੰ ਹੰਡਾਵੇ। ਕੋਈ ਤਾਂ ਸੰਪੂਰਨ ਸਿੱਖ ਹੋਣ ਦਾ ਦਾਵਾ ਕਰ ਵਿਖਾਵੇ। ਜ਼ੁਲਮ ਦੇ ਵਿਰੁੱਧ ਫਿਰ ਕੋਈ ਬੁਲੰਦ ਆਵਾਜ਼ ਲਗਾਵੇ। ਕੋਈ ਤਾਂ ਮਰਦ ਅਗੰਮੜੇ ਨਾਲ ਕੀਤਾ ਹੋਇਆ ਵਾਅਦਾ ਪੂਰ ਨਿਭਾਵੇ। ਇੱਕ ਦਮਦਾਰ ਆਵਾਜ਼ ਅੱਜ ਮੈਂ ਚਾਹੁੰਦੀ ਹਾਂ ਇਸ ਸਾਰੀ ਥਾਂ ਵਿੱਚੋਂ ਆਵੇ। ਰਾਜ ਕਰੇਗਾ ਖਾਲਸਾ ਆਖੀ ਰਹੇ ਨਾ ਕੋਈ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ। ਬੋਲੇ ਸੋ ਨਿਹਾਲ, ਜਿਉਂਦੇ ਵਸਦੇ ਰਹੋ। ਬਹੁਤ ਧੰਨਵਾਦ। ਪਰ ਇਹ ਸੋਚ ਕਿਤੇ ਖਤਮ ਨਾ ਹੋਣ ਦੇਣਾ, ਇਹ ਸੋਚ
ਇੱਥੋਂ ਸਾਡੇ ਮਨਾਂ ਵਿੱਚੋਂ ਵਿਤਕਰਾ ਕੱਢਣ ਦੀ, ਇੱਕਜੁੱਟ ਹੋਣ ਦੀ, ਟੁੱਟਿਆਂ ਹੋਇਆਂ ਨੂੰ ਵਾਪਸ ਲਿਆਉਣ ਦੀ, ਟੁੱਟੀ ਗੰਢਣ ਦੀ ਜਿਹੜੀ ਆਵਾਜ਼ ਇਸੇ ਪਿੰਡ ਵਿੱਚੋਂ ਉੱਠਣੀ ਚਾਹੀਦੀ ਹੈ। ਜਿਵੇਂ ਇੱਕ ਵਾਰ ਮਰਦ ਗਮੜੇ ਲਈ ਕਿਹਾ ਗਿਆ ਸੀ ਕਿ ਇੱਥੇ ਹਿੰਦੁਸਤਾਨ ਦੀ ਇੱਕ ਆਵਾਜ਼ ਜੋ ਕੱਢੀ ਸੀ ਸਾਰੀ ਦੁਨੀਆਂ ਨੇ ਸੁਣੀ ਸੀ, ਇਹੀ ਆਵਾਜ਼ ਇਹੀ ਸੋਚ ਇਸ ਪਿੰਡ 'ਚੋਂ ਖੜੀ ਹੋਵੇ ਅਤੇ ਹਿੰਦੁਸਤਾਨ ਵੇਖੇ ਕਿ ਇੱਥੇ ਹੀ ਜੇ ਜੋ ਤਬਦੀਲੀ ਲਿਆਉਣ ਵਾਲੀਆਂ ਮਾਵਾਂ ਨੇ ਅਤੇ ਪਿਓ ਨੇ। ਧੰਨਵਾਦ।